ਸਾਹਿਬ ਜੀਓ ਬੇਸੁਮਾਰ ਅਥਾਹਾ ਅਗਣਤ ਅਤੋਲੇ ਜਿਉ ਬੁਲਾਵੋ ਤੋ ਨਾਲਕ ਦਾਸ ਬੋਲੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਨਿਰਸਾਕੇ ਪਤਿਤ ਪਾਵਨ ਭਗਤ ਵੱਛਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਾਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪੀਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਰਸਨਾ ਕਰੋ ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਮਹਾਪੁਰਸ਼ ਨਾਮ ਰਸੀਏ ਸੇਵਾ ਸਿਮਰਨ ਦੇ ਪੁੰਜ ਧੰਨ ਬਾਬਾ ਜਵਾਰਦਾਸ ਜੀ ਦੇ ਪਵਿੱਤਰ ਸਥਾਨ ਉੱਪਰ ਹਰ ਸ਼ਨੀਵਾਰ ਸ਼ਾਮ ਨੂੰ ਲੜੀਵਾਰ ਸ੍ਰੀ ਜ압 ਸਾਹਿਬ ਜੀ ਦੀ ਕਥਾ ਸ਼੍ਰਵਣ ਕਰਦੇ ਆ ਰਹੇ ਹੋ ਸਤਿਗੁਰੂ ਜੀ ਦੀ ਕਿਰਪਾ ਸਦਕਾ 24 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ ਏਸ ਭੁਜੰਗ ਪ੍ਰਯਾਤ ਸ਼ਾਂ ਦੀਆਂ 28 ਪੌੜੀਆਂ ਨੇ 25ਵੀਂ ਬੋੜੀ ਤੋਂ ਕਥਾ ਆਰੰਭ ਹੋਣ ਜਾ ਰਹੀ ਹੈ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਸੁਣਦਾ ਯਤਨ ਕਰੋ ਸਾਹਿਬੇ ਕਮਾਲ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਕਾਰ ਹੈ ਉਸ ਵਾਹਿਗੁਰੂ ਨੂੰ ਪਰਮੇਸ਼ਰ ਤੋਂ ਜਿਹੜਾ ਨਿਰ ਰਹਿਤ ਹੈ ਸਾਖ ਸਕੇ ਸੰਬੰਧੀਆਂ ਤੋਂ ਕਿਉਂਕਿ ਜਾਬ ਸਾਹਿਬ ਦੇ ਵਿੱਚ ਜਿਸ ਵਾਹਿਗੁਰੂ ਜੀ ਦਾ ਨਿਰੂਪਣ ਕੀਤਾ ਗਿਆ ਹੈ ਜਿਸ ਪ੍ਰਮਾਤਮਾ ਦੀ ਉਸਤਤ ਕੀਤੀ ਗਈ ਹੈ ਉਹ ਪ੍ਰਮਾਤਮਾ ਸਰੀਰ ਧਾਰੀ ਨਹੀਂ ਹੈ ਉਹ ਇੱਕ ਜੋਤ ਹੈ ਪ੍ਰਕਾਸ਼ ਹੈ ਜਿਸ ਨੂੰ ਆਪਾਂ ਸ਼ਬਦ ਵੀ ਕਹਿੰਦੇ ਆ ਤਾਂ ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਦੇਖਦੇ ਹਾਂ ਕਿ ਸਕੇ ਸੰਬੰਧੀ ਹੁੰਦੇ ਨੇ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਨੂੰ ਸਕੇ ਸੰਬੰਧੀ ਪਰਿਵਾਰਵਾਦ ਆਦਿਕ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨਹੀਂ ਆਉਂਦਾ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਮਸਕਾਰ ਹੈ ਉਸ ਪ੍ਰਮਾਤਮਾ ਨੂੰ ਜਿਹੜਾ ਨਿਰਸਾਕੇ ਨਿਰਰਹਿਤ ਹੈ ਸਾਖ ਸਕੇ ਸੰਬੰਧੀਆਂ ਤੋਂ ਆਪ ਆਪਣੀ ਬਾਣੀ ਵਿੱਚ ਵੀ ਫਰਮਾਉਂਦੇ ਨੇ ਨਾ ਧਰਮੰਗ ਨਾ ਭਰਮੰਗ ਨਾ ਸਰਮੰਗ ਨਾ ਸਾਕੇ ਨਾ ਵਰਮੰਗ ਨਾ ਚਰਮ ਨਾ ਕਰਮੰਗ ਨਾ ਵਾਕੇ ਜਾਂ ਸਾਖ ਦਾ ਜੇ ਅਰਥ ਕਰੀਏ মোহ ਵਾਹਿਗੁਰੂ ਪਰਮੇਸ਼ਰ ਜੀ মোহ ਆਦਕ ਤੋਂ ਰਹਿਤ ਹਨ ਪਰਮਾਤਮਾ ਜਿੰਨੂੰ ਵੀ ਮਿਲਦਾ ਹੈ ਪ੍ਰੇਮ ਕਰਕੇ ਮਿਲਦਾ ਹੈ ਭਾਵਨਾ ਕਰਕੇ ਮਿਲਦਾ ਹੈ ਗੁਰਬਾਣੀ ਨੇ ਇਸ ਗੱਲ ਉੱਤੇ ਬੜਾ ਜ਼ੋਰ ਦਿੱਤਾ ਹੈ ਕਿ ਰੱਬ ਕਿਸੇ ਦਾ ਖਰੀਦਿਆ ਹੋਇਆ ਨਹੀਂ ਰੱਬ ਕਿਸੇ ਨੇ ਆਪਣੇ ਨਾਂ ਨਹੀਂ ਲਵਾ ਲਿਆ ਕੋਈ ਵੀ ਪ੍ਰੇਮ ਦੇ ਨਾਲ ਉਹਦਾ ਨਾਮ ਜੱਪੇ ਭਾਵਨਾ ਨਾਲ ਨਾਮ ਜੱਪੇ ਤੇ ਉਹਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਵੀ ਅੰਕਿਤ ਕਰਦੇ ਨੇ ਆਪਨ ਬਾਪ ਨਾਹੀ ਕਿਸੇ ਕੋ ਭਾਵਨ ਕੋ ਹਰ ਰਾਜਾ ਵਾਹਿਗੁਰੂ ਪਰਮੇਸ਼ਰ ਜੀ ਤੇ ਭਾਵਨਾ ਕਰਕੇ ਵਸ ਦੇ ਵਿੱਚ ਆਉਂਦੇ ਨੇ ਕੋਈ ਕਰ ਲਵੇ ਭਾਵੇਂ ਇਸ ਗੱਲ ਦੀ ਪ੍ਰਤੱਖ ਉਦਾਹਰਣ ਕੀ ਹੈ ਪੁੱਤਰੀ ਕੋਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟਿਐ ਇਸ ਗੱਲ ਦੀ ਪ੍ਰਤੱਖ ਉਦਾਹਰਣ ਗੁਰੂ ਘਰ ਦੇ ਸਹਬਜ਼ਾਦੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਨਮਸਤੰਗ ਨਮਸਕਾਰ ਹੈ ਆਪ ਤਾਂ ਭਾਵਨਾ ਦੇ ਵਸ ਹੋ ਪ੍ਰੇਮ ਦੇ ਵਸ ਹੋ ਕਿਸੇ ਦੇ ਸਾਖ ਸੰਬੰਧੀ ਨਹੀਂ ਉਹ ਕੋਲ ਉਹਦਾ ਰਿਸ਼ਤਾ ਨਹੀਂ ਰੱਬ ਦੇ ਨਾਲ ਹੁੰਦਾ ਰੱਬ ਦੇ ਨਾਲ ਤੇ ਪ੍ਰੇਮ ਦਾ ਰਿਸ਼ਤਾ ਹੈ ਉਹ ਭਾਵੇਂ ਕੋਈ ਕਰਲੇ ਕਿਸੇ ਜਾਤ ਦਾ ਹੋਵੇ ਕਿਸੇ ਪਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਗੁਰੂ ਘਰ ਦੇ ਨਾਲ ਨਾਤਾ ਕਾਦਾ ਹੁੰਦਾ ਹੈ ਸਾਧ ਸੰਗਤ ਦਾ ਨਿਤਨੇਮ ਦਾ ਜਾਂ ਅੰਮ੍ਰਿਤ ਛਕਣ ਦਾ ਕਬੀਰ ਸਾਹਿਬ ਨੇ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਰੱਬ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ ਰੱਬ ਪਦਵੀ ਦੇ ਨਾਲ ਵਸਦੇ ਵਿੱਚ ਨਹੀਂ ਆਉਂਦਾ ਕੰਚਨ ਸਿਉ ਨਹੀਂ ਪਾਈਏ ਤੋਲ ਮੰਨ ਦੇ RAM ਲਿਆ ਹੈ ਬੋਲ ਅਸੀਂ ਕਈ ਵਾਰੀ ਵਾਹਿਗੁਰੂ ਜੀ ਅੱਗੇ ਜਾਂ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਬੇਰ ਕਰੋ ਪਰ ਵਾਹਿਗੁਰੂ ਪਰਮੇਸ਼ਰ ਕਿਹਦੇ ਉੱਤੇ ਕਿਰਪਾ ਕਰਦਾ ਹੈ ਮਿਹਰ ਕਰਦਾ ਹੈ ਪਰਮਾਤਮਾ ਕਿੰਨੂੰ ਆਪਣਾ ਨਾਤਾ ਸਮਝਦਾ ਹੈ ਤਿੰਨ ਚੀਜ਼ਾਂ ਰੱਬ ਦੇ ਨਾਤੇ ਵਿੱਚ ਆਉਂਦੀਆਂ ਨੇ ਇੱਕ ਗੁਰੂ ਧਾਰਨ ਕਰਨਾ ਇੱਕ ਕਮਾਈ ਕਰਨੀ ਤੇ ਤੀਸਰਾ ਸਤ ਸੰਗਤ ਕਰਦੇ ਜਿਹਦੇ ਕੋਲੇ ਤਿੰਨ ਚੀਜ਼ਾਂ ਨੇ ਉਹ ਰੱਬ ਦਾ ਰਿਸ਼ਤੇਦਾਰ ਹੈ ਸਬੰਧੀ ਹੈ ਜਿਹਦੇ ਕੋਲ ਇਹਨਾਂ ਚੀਜ਼ਾਂ ਵਿੱਚ ਘਾਟ ਹੈ ਉਹਦਾ ਪਰਮਾਤਮਾ ਦੇ ਨਾਲ ਕੋਈ ਨਾਤਾ ਨਹੀਂ ਸੰਤਾਂ ਮਹਾਪੁਰਖਾਂ ਦੀਆਂ ਸਾਖੀਆਂ ਉਦਾਹਰਨਾਂ ਇਹਨਾਂ ਗੱਲਾਂ ਨੂੰ ਸਮਝਣ ਦੇ ਵਿੱਚ ਸੌਖ ਕਰਦੀਆਂ ਨੇ ਸਹਾਈਤਾ ਕਰਦੀਆਂ ਨੇ ਸਤਕਾਰਯੋਗ ਮਹਾਪੁਰਸ਼ ਬਾਬਾ ਆਨੰਦ ਸਿੰਘ ਜੀ ਨਾਨਕ ਸਰਵਾਲਿਆਂ ਦੇ ਜੀਵਨ ਦੇ ਵਿੱਚ ਬਚਨ ਆਉਂਦਾ ਹੈ ਕਿ ਇੱਕ ਗੁਰਸਿੱਖ ਜਿਹੜੇ ਬਾਅਦ ਦੇ ਵਿੱਚ ਅਮਰਤਾਰੀ ਹੋਏ ਭਾਈ ਗੁਰਦੇਤ ਸਿੰਘ ਕੋਟ ਲਖਾ ਸਿੰਘ ਦਾ ਰਹਿਣ ਵਾਲਾ ਆਣ ਕੇ ਬਾਬਾ ਜੀ ਨੂੰ ਬੇਨਤੀ ਕਰਦਾ ਹੈ ਕਿ ਬਾਬਾ ਜੀ ਮੇਰ ਤੇ ਕਿਰਪਾ ਕਰੋ ਤਰਸ ਕਰੋ ਬੇਰ ਕਰੋ ਬਾਬਾ ਜੀ ਕਹਿੰਦੇ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕਹਿੰਦਾ ਜੀ ਗੁਰਦੇਵ ਸਿੰਘ ਨਾਮ ਹੈ ਕੋਟ ਲਖਾ ਸਿੰਘ ਦਾ ਰਹਿਣ ਵਾਲਾ ਹਾਂ ਤਾਂ ਬਾਬਾ ਜੀ ਕਹਿਣ ਲੱਗੇ ਭਾਈ ਸਿੱਖਾ ਸੰਗਤ ਕਰਦਾ ਹੁੰਦਾ ਹੈ ਕਹਿੰਦਾ ਜੀ ਨਹੀਂ ਦੂਸਰਾ ਵਚਨ ਕੀਤਾ ਨਿਤ ਨੇਮ ਕਰਦਾ ਹੁੰਦਾ ਹੈ ਕਹਿੰਦਾ ਜੀ ਨਹੀਂ ਕਿਤੇ ਦੋ ਹੀ ਹਫਤੇ ਤਿੰਨੇ ਹਫਤੇ ਪੁੱਲ ਭਲੇਖੇ ਕਿਤੇ ਕਿਤੇ ਜਵਜੀ ਸਾਹਿਬ ਪੜ ਲਈਦਾ ਹੈ ਪਰ ਕੋਈ ਮਰਿਆਦਾ ਪੱਕੀ ਨਹੀਂ ਬਾਬਾ ਜੀ ਕਹਿੰਦੇ ਭਾਈ ਅਮਰਤ ਛਕਿਆ ਹੈ ਕਹਿੰਦਾ ਜੀ ਨਹੀਂ ਤਾਂ ਸੰਤ ਕਹਿਣ ਲੱਗੇ ਫਿਰ ਤੇਰਾ ਸਾਡੇ ਨਾਲ ਨਾਤਾ ਕੀ ਹੈ ਸੰਗਤ ਤੁਸੀਂ ਨਹੀਂ ਕਰਦੇ ਨਿਤ ਨੇਮ ਤੁਸੀਂ ਨਹੀਂ ਕਰਦਾ ਅਮਰਤ ਤੁਸੀਂ ਨਹੀਂ ਛਕਣਾ ਤੇ ਕਿਰਪਾ ਗੁਰੂ ਕਿਦਾਂ ਕਰੇ ਮੇਰ ਕਿਦਾਂ ਗੁਰੂ ਕਰੇ ਤਰਸ ਕਿਦਾਂ ਕਰੇ ਇੱਥੇ ਤੇ ਭਾਈ ਗੁਰਦੇਤ ਸਿੰਘ ਜਿਹੜੇ ਨਿਤਨੇਮ ਕਰਦੇ ਨੇ ਸੇਵਾ ਸੰਗਤ ਕਰਦੇ ਨੇ ਜਾਂ ਗੁਰੂ ਵਾਲੇ ਨੇ ਉਹਨਾਂ ਦਾ ਨਾਤਾ ਹੁੰਦਾ ਹੈ ਪ੍ਰਮਾਤਮਾ ਨਾਲ ਵਾਹਿਗੁਰੂ ਨਾਲ ਤਾਂ ਉਹਨਾਂ ਨੇ ਭੁੱਲ ਬਖਸ਼ਾਈ ਤੇ ਬੇਨਤੀ ਕੀਤੀ ਜੀ ਮਿਰਤੇ ਕਿਰਪਾ ਕਰੋ ਆ ਬਾਬਾ ਜੀ ਕਹਿਣ ਲੱਗੇ ਵੀ ਢਾਈ ਘੰਟੇ ਮੂਲ ਮੰਤਰ ਦਾ ਜਾਪ ਕਰਿਆ ਕਰ। ਕਹਿੰਦਾ ਜੀ 7 ਵਜੇ। ਕਰੇ ਚਲੇ ਗਏ ਅੰਮ੍ਰਿਤ ਵੇਲੇ ਉੱਠ ਕੇ ਢਾਈ ਘੰਟੇ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਤਾਂ ਜਾਪ ਕਰਦਿਆਂ ਕਰਦਿਆਂ ਮਨ ਦੇ ਵਿੱਚ ਖਿਆਲ ਆਇਆ ਮਨਾ ਜਿਹੜੀ ਇੰਨੀ ਉਮਰ ਬਿਨਾਂ ਸਿਮਰਨ ਤੋਂ ਲੰਘ ਗਈ ਹੈ। ਉਹ ਤਾਂ ਹੁਣ ਹੱਥ ਦੇ ਵਿੱਚ ਆਉਣੀ ਨਹੀਂ। ਜਿਹੜਾ ਸਮਾਂ ਆ ਜਾਈ ਗਵਾ ਬੈਠੇ ਆ। ਤਾ ਚੰਗੇ ਕਰਮਾਂ ਕਰਕੇ ਚੰਗੇ ਭਾਗਾਂ ਕਰਕੇ ਫੁਰਨਾ ਪੈਦਾ ਹੋਇਆ ਵੀ ਜਿਹੜੀ ਉਮਰ ਇੰਨੀ ਵਿਅਰਥੀ ਗਵਾ ਦਿੱਤੀ ਉਹਦਾ ਕੀ ਕਰੀਏ ਉਹ ਤਾਂ ਹੁਣ ਮੁੜ ਕੇ ਆਣੀ ਨਹੀਂ ਤਾਂ ਮਨ ਦੇ ਵਿੱਚ ਸਤਿਗੁਰੂ ਜੀ ਨੇ ਬਲ ਬਖਸ਼ਿਸ਼ ਕੀਤਾ ਸਰੀਰ 'ਚ ਬਲ ਬਖਸ਼ਿਸ਼ ਕੀਤਾ ਤੇ ਅਰਦਾਸ ਕਰ ਦਿੱਤੀ ਵੀ 40 ਦਿਨਾਂ ਦੇ ਵਿੱਚ ਸਵਾ ਲੱਖ ਪਾਠ ਮੂਲ ਮੰਤਰ ਦਾ ਕਰੂੰਗਾ 32 ਮਾਲਾ ਉਹਨਾਂ ਨੇ ਰੋਜ਼ ਫੇਰਦੀਆਂ ਤਾ ਇੱਕ ਦਿਨ ਫੇਰ ਬਾਬਾ ਜੀ ਨੂੰ ਮਿਲਣ ਆਏ ਤਾਂ ਮਾਹਪੁਰ ਕਹਿੰਦੇ ਕੀ ਕਰਦੇ ਹੁੰਦੇ ਆ ਅਕ ਤਾਂ ਕਹਿੰਦੇ ਜੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ ਸਵਾ ਲੱਖ ਮੂਲ ਮੰਤਰ ਦੇ ਜਾਪ ਦੀ ਸੇਵਾ ਲਈ ਆ ਦਾਸਤ ਤਾ ਬਾਬਾ ਜੀ ਕਹਿਣ ਲੱਗੇ ਫਿਰ ਮੂਲ ਮੰਤਰ ਕਰਦਾ ਕਿੰਨਾ ਹੁੰਦਾ ਹੈ ਕਹਿੰਦਾ ਜੀ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਤਾਂ ਮਾਹਪੁਰ ਕਹਿਣ ਲੱਗੇ ਭਾਈ ਗੁਰਦੇ ਤਸਿਆ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਜਿਹੜਾ ਮੰਤਰ ਹੈ ਇਹ ਨੰਗੀ ਤਲਵਾਰ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਇਹਦਾ ਮਿਆਨ ਹੈ ਤੇ ਮੈਨੂੰ ਇੱਕ ਗੱਲ ਦੱਸ ਵੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਾਪ ਕਰਦਿਆਂ ਤੇਰਾ ਮਨ ਇਹ ਦੁਖਿਆ ਵੀ ਤੂੰ ਗੁਰੂ ਨਾਨਕ ਦੇਵ ਸਾਹਿਬ ਨੂੰ ਤੇ ਵਿੱਚੋਂ ਹੀ ਕੱਢ ਦਿੱਤਾ ਬਾਹਰ ਕਹਿੰਦਾ ਜੀ ਉਹ ਕਿਵੇਂ ਕਹਿੰਦੇ ਗੁਰਨਾਨਕ ਦੇਵ ਸਾਹਿਬ ਦਾ ਨਾਂ ਤੇ ਵਿੱਚ ਆਇਆ ਨਹੀਂ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇ ਗੁਰਨਾਨਕ ਦੇਵ ਸਾਹਿਬ ਨੂੰ ਲਾਂਬੇ ਕਰਕੇ ਬਾਈਪਾਸ ਕਰਕੇ ਸਿੱਧਾ ਹੀ ਨਿਰੰਕਾਰ ਨਾਲ ਮਿਲਣਾ ਇਹ ਤੋਂ ਗੁਰਪ੍ਰਸਾਦ ਆਗ ਤੇ ਗੁਰਨਾਨਕ ਦੇਵ ਸਾਹਿਬ ਨੂੰ ਮੰਤਰ ਦਿੱਤਾ ਨਿਰੰਕਾਰ ਨੇ ਅੱਗੇ ਸਤਿਗੁਰੂ ਜੀ ਨੇ ਨਿਰੰਕਾਰ ਦੀ ਉਸਤਤ ਦਿੱਤੀ ਕੀਤੀ ਉਹ ਮੰਤਰ ਸਿੱਖਾਂ ਨੂੰ ਦਿੱਤਾ ਜਿਹੜਾ ਨਾਨਕ ਹੋਸੀਪੀ ਸਾਜ ਤੱਕ ਤੇ ਗੁਰਬਾਣੀ ਤੇ ਕਹਿੰਦੀ ਆ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਕ ਸੁਣਾਇ ਗੁਰੂ ਤੋਂ ਬਣਾ ਵਾਹਿਗੁਰੂ ਦੀ ਪਛਾਣ ਨਹੀਂ ਹੁੰਦੀ ਤੇ ਤੂੰ ਗੁਰੂ ਨਾਨਕ ਦੇਵ ਸਾਹਿਬ ਨੂੰ ਲਾਂਭੇ ਕਰਕੇ ਸਿੱਧਾ ਹੀ ਨਿਰੰਕਾਰ ਨੂੰ ਮਿਲਣਾ ਚਾਹੁੰਦਾ ਹੈ ਇਹ ਤਾਂ ਹੋ ਨਹੀਂ ਪਾਉਣਾ ਕਦੇ ਵੀ ਭਾਵੇਂ ਜਿੰਨਾ ਮਰਜ਼ੀ ਜਾਪ ਕਰੀ ਜਾ। ਤਾਂ ਭਾਈ ਗੁਰਦੇਵ ਸਿੰਘ ਜੀ ਨੇ ਭੁੱਲ ਬਖਸ਼ਾਈ। ਤਾਂ ਸੰਤ ਕਹਿੰਦੇ ਜਾਪ ਕਿਤਾ ਕਰਦਾ ਹਾਂ ਕਹਿੰਦਾ ਜੀ ਪਹਿਲਾਂ ਉੱਚੀ ਬੋਲ ਕੇ ਕਰਦਾ ਜੇ ਥੱਕ ਜਾਈਏ ਫਿਰ ਮੂੰਚ ਕਰਦਾ ਹਾਂ। ਤਾਂ ਮਾਪੁਰ ਕਹਿਣ ਲੱਗੇ ਕਲੇਰਾਂ ਵਾਲੇ ਕਿ ਭਾਈ ਸਿੱਖਾ ਉੱਚੀ ਬੋਲਣ ਦਾ ਇੱਕ ਗੁਣਾ ਫਲ ਪ੍ਰਾਪਤ ਹੁੰਦਾ ਹੈ। ਕੱਲੇ ਲਾਭ ਹਿੱਲਣ ਬੁੱਲ ਹਿੱਲਣ ਇਹਦਾ 10 ਗੁਣਾ ਫਲ ਪ੍ਰਾਪਤ ਹੁੰਦਾ ਹੈ ਤੇ ਜੇ ਕੱਲੀ ਜ਼ੁਬਾਨ ਹੀ ਹਿੱਲੇ ਬੁੱਲਵ ਦਾ ਹਿੱਲਣ ਇਹਦਾ 100 ਗੁਣਾ ਫਲ ਪ੍ਰਾਪਤ ਹੁੰਦਾ ਹੈ ਤੇ ਜੇ ਇਹੇ ਸੁਰਤ ਵਿੱਚ ਚੱਲੇ ਜ਼ੁਬਾਨ ਵੀ ਨਾ ਹਿੱਲੇ ਤਾਂ ਇਹਦਾ ਹਜ਼ਾਰਾਂ ਗੁਣਾ ਫਲ ਪ੍ਰਾਪਤ ਹੁੰਦਾ ਹੈ ਤਾਂ ਤੂੰ ਇਦਾਂ ਕਰ ਇੱਕ ਜਾਪ ਫੇਰ ਦੁਬਾਰਾ ਕਰ ਤੇ ਸਤਿਗੁਰੂ ਜੀ ਅੱਗੇ ਅਰਦਾਸ ਕਰ ਬੇਨਤੀ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਤੇਰੇ ਤੋਂ ਫੇਰ ਜਾਪ ਦੀ ਸੇਵਾ ਲੈਣ ਤਾਂ ਭਾਈ ਗੁਰਦੇਤ ਸਿੰਘ ਜੀ ਨੇ ਫੇਰ ਸਵਾ ਲੱਖ ਜਾਪ ਮੂਲ ਮੰਤਰ ਦਾ ਆਰੰਭ ਕੀਤਾ ਤੇ ਕਰਨਾ ਸ਼ੁਰੂ ਕੀਤਾ ਤਾਂ ਸਵਾ ਲੱਖ ਦਾ ਜਦੋਂ ਜਾਪ ਪੂਰਾ ਹੋਇਆ ਤਾਂ ਫੇਰ ਦਰਸ਼ਨ ਕਰਨ ਆਏ ਤਾਂ ਬਾਬਾ ਜੀ ਕਹਿਣ ਲੱਗੇ ਸੰਤ ਕਹਿਣ ਲੱਗੇ ਨਾਨਕ ਸਰਵਾਲੇ ਮਹਾਂਪੁਰ ਕਹਿਣ ਲੱਗੇ ਧੰਨ ਬਾਬਾ ਅਨੰਦ ਸਿੰਘ ਜੀ ਨੇ ਬਚਨ ਕੀਤਾ ਵੀ ਜਿਹੜਾ ਨਾਮ ਜਪਣਾ ਹੈ ਇਹ ਪ੍ਰਮਾਤਮਾ ਦਾ ਨਾਤਾ ਹੈ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਜਿਵੇਂ ਮਾਪੇ ਆਪਣੀ ਧੀ ਦਾ ਖਿਆਲ ਰੱਖਦੇ ਨੇ ਇਦਾਂ ਵਾਹਿਗੁਰੂ ਪਰਮੇਸ਼ਰ ਉਸ ਸਿੱਖ ਦਾ ਖਿਆਲ ਰੱਖਦਾ ਜਗਿਆਸਰੂਪ ਇਸਤਰੀ ਦਾ ਬੱਚੀ ਦਾ ਜਿਹੜੇ ਨਾਮ ਜਪਣ ਲੱਗ ਪੈਂਦੇ ਹਨ ਤਾ ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੇ ਸੱਚੇ ਪਾਤਸ਼ਾਹ ਤੇਰਾ ਨਾਲ ਲਹੂ ਦਾ ਰਿਸ਼ਤਾ ਨਹੀਂ ਚੱਲਦਾ ਪੈਸਿਆਂ ਨਾਲ ਦਾ ਰਿਸ਼ਤਾ ਨਹੀਂ ਚੱਲਦਾ ਪਦਵੀ ਦਾ ਰਿਸ਼ਤਾ ਨਹੀਂ ਚੱਲਦਾ ਆਪ ਜੀ ਨਿਰਸਾਕ ਹੋ ਆਪ ਜੀ ਨਾਲ ਤੇ ਸਿਰਫ ਸਾਧ ਸੰਗਤ ਦਾ ਨਾਤਾ ਹੈ ਜਾਂ ਨਾਮ ਦਾ ਨਾਤਾ ਹੈ ਜਾਂ ਗੁਰੂ ਧਾਰਨ ਦਾ ਨਾਤਾ ਹੈ ਇਹਨਾਂ ਨਾਤਿਆਂ ਦੇ ਨਾਲ ਤੁਸੀਂ ਨਿਭਦੇ ਹੋ ਹੋਰ ਕਿਸੇ ਦੇ ਨਾਲ ਨਹੀਂ ਆ ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਕਹਿੰਦੇ ਹਨ ਨਮਸਤੰਗ ਨਮਸਕਾਰ ਹੈ ਜਾਂ ਸ਼ਾਕੇ ਦਾ ਸਾਧ ਸੰਗਤ ਜੀ ਅਰਥ ਹੁੰਦਾ ਹੈ ਸੰਮਤ ਜਿਵੇਂ ਸ਼ਾਕਾ ਸੰਮਤ ਹੈ ਬਿਕਰ ਵੀ ਸੰਮਤ ਹੈ ਈਸਵੀ ਸੰਮਤ ਹੈ ਸੰਮਤ ਸਮੇਂ ਦੀ ਹੱਦਬੰਦੀ ਸਾਲ ਮੰਨਿਆ ਹੈ ਤਾ ਵਾਹਿਗੁਰੂ ਪਰਮੇਸ਼ਰ ਕਿਸੇ ਸਮੇਂ ਦੀ ਹੱਦਬੰਦੀ ਦੇ ਵਿੱਚ ਨਹੀਂ ਆਉਂਦਾ ਹੈ ਕਿਸੇ ਸੰਮਤ ਨਹੀਂ ਆਉਂਦਾ ਕਿਉਂਕਿ ਉਹ ਸਮੇਂ ਤੋਂ ਬਾਹਰ ਹੈ ਉਹਦੇ ਸਰੀਰ ਉੱਤੇ ਉਹਦੇ ਸਰੂਪ ਉੱਤੇ ਕਾਲ ਦਾ ਅਸਰ ਨਹੀਂ ਟਾਈਮ ਦਾ ਅਸਰ ਨਹੀਂ ਨਿਰਸਾਕੇ ਸੰਮਤ ਸਮੇਂ ਦੀ ਹੱਦਬੰਦੀ ਤੋਂ ਉਹ ਵਾਹਿਗੁਰੂ ਪਰਮੇਸ਼ਰ ਬਾਹਰ ਹੈ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ ਸਤਿਗੁਰੂ ਜੀ ਬਾਣੀ ਦੇ ਵਿੱਚ ਵੀ ਲਿਖਦੇ ਨੇ ਸੇਵਕ ਹੈ ਪਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਏ ਪ੍ਰਭੂ ਜੀ ਤੁਸੀਂ ਤਾਂ ਹਵੇਸ਼ਾ ਰਹਿਣ ਵਾਲੇ ਹੋ ਆਪ ਜੀ ਉੱਤੇ ਕਿਸੇ ਵੀ ਸਮੇ ਦਾਸ ਅਸਰ ਨਹੀਂ ਪੈਂਦਾ ਤਾਂ ਜਿਹੜਾ ਵਾਹਿਗੁਰੂ ਸੰਮਤਾ ਦਾਦਕ ਦੀ ਹੱਦਬੰਦੀ ਤੋਂ ਰਹਿਤ ਹੈ ਨਿਰ ਹੈ ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਦਮਸਕਾਰ ਹੈ। ਜਾਂ ਨਮਸਤੰ ਨਿਰਸਾਕੇ ਸਾਕੇ ਦਾ ਅਰਥ ਕਈ ਵਿਦਵਾਨ ਇਸ ਤਰ੍ਹਾਂ ਵੀ ਕਰਦੇ ਹਨ ਕਿ ਕਿਸੇ ਦੂਸਰੇ ਧਰਮ ਉੱਤੇ ਜ਼ੁਲਮ ਕਰਨਾ। ਖੁਦਾ ਦਾ ਨਾਮ ਵਰਤ ਕੇ ਪਰਮੇਸ਼ਰ ਦਾ ਨਾਮ ਵਰਤ ਕੇ ਦੂਜੇ ਧਰਮ ਤੇ ਜ਼ੁਲਮ ਕਰਦਾ ਤਾ ਵਾਹਿਗੁਰੂ ਪਰਮੇਸ਼ਰ ਐਸੇ ਸਾਖਿਆਂ ਤੋਂ ਰਹਿਤ ਹੈ ਉਹ ਕਿਸੇ ਵੀ ਮਜ਼ਬਦ ਦਾ ਪੱਖ ਨਹੀਂ ਲੈਂਦਾ ਵੀ ਇੱਕ ਧਰਮ ਦਾ ਹੀ ਉਹ ਪੱਖ ਲੈਂਦਾ ਹੈ ਦੂਸਰੇ ਧਰਮਾਂ ਨੂੰ ਕਹਿੰਦਾ ਖਤਮ ਕਰ ਦੋ ਮਲਿਆ ਬੇਟ ਕਰ ਦੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਸੀ ਕਿ ਪ੍ਰਮਾਤਮਾ ਨਹੀਂ ਚਾਹੁੰਦਾ ਕਿ ਦੂਸਰੇ ਧਰਮਾਂ ਤੇ ਜ਼ੁਲਮ ਹੋਵੇ ਪਰ ਔਰੰਗਜ਼ੇਬ ਇਸ ਗੱਲ ਤੇ ਹੱਥ ਬੰਦੀ ਬੈਠਾ ਸੀ ਕਿ ਕੁਰਾਨ ਜਾਂ ਸਾਡਾ ਧਰਮ ਕਹਿੰਦਾ ਹੈ ਕਿ ਸਾਰੇ ਖਤਮ ਕਰਕੇ ਮੁਸਲਮਾਨ ਬਣਾਉਣੇ ਸਤਿਗੁਰੂ ਨੌਵੇਂ ਪਾਤਸ਼ਾਹ ਕਹਿਣ ਲੱਗੇ ਵੀ ਤੈਨੂੰ ਕਿੱਦਾਂ ਪਤਾ ਹੈ ਵੀ ਖੁਦਾ ਇਹ ਚਾਹੁੰਦਾ ਵੀ ਸਾਰੇ ਮੁਸਲਮਾਨ ਹੋ ਜਾਣ ਕਹਿੰਦਾ ਜੀ ਮੈਨੂੰ ਪਤਾ ਹੈ ਸਾਡੇ ਧਾਰਮਿਕ ਗ੍ਰੰਥਾਂ 'ਚ ਲਿਖਿਆ ਹੈ ਅੱਗੇ ਔਰੰਗਜ਼ੇਬ ਨੇ ਸਵਾਲ ਕੀਤਾ ਜੀ ਤੁਹਾਨੂੰ ਕਿੱਥੋਂ ਪਤਾ ਵੀ ਖੁਦਾ ਇਹ ਨਹੀਂ ਚਾਹੁੰਦਾ ਤੇ ਨੌਵੇਂ ਪਾਤਸ਼ਾਹ ਕਹਿੰਦੇ ਆਪਾਂ ਖੁਦਾ ਦੀ ਮਰਜ਼ੀ ਦੇਖ ਲੈਨੇ ਕਹਿੰਦਾ ਜੀ ਖੁਦਾ ਦੀ ਮਰਜ਼ੀ ਦਾ ਕਿੱਦਾਂ ਪਤਾ ਲੱਗਦਾ ਹੈ ਵੀ ਖੁਦਾ ਇਹ ਕੰਮ ਚਾਹੁੰਦਾ ਹੈ ਤਾਂ ਦਾਸ ਨੂੰ ਭੁੱਲੇ ਨਾ ਸ਼ਾਇਦ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ 4 ਮਣ ਕੇ 5 ਮਣ ਕਾਲੀਆਂ ਮਿਰਚਾਂ ਇਤਿਹਾਸ ਦੇ ਵਿੱਚ ਲਿਖਿਆ ਭਾਈ ਸਾਹਿਬ ਲਿਖਦੇ ਨੇ ਕਿ ਸਤਿਗੁਰੂ ਜੀ ਨੇ ਆਖਿਆ ਵੀ 5 ਮਣ ਕਾਲੀਆਂ ਮਿਰਚਾਂ ਮਗਾਓ ਕਾਲੀਆਂ ਮਿਰਚਾਂ ਮਹਗਾਈਆਂ ਗਈਆਂ ਆਖਿਆ ਇਹਨਾਂ ਨੂੰ ਸਾੜ ਕੇ ਸੁਆਹ ਕਰੋ ਫਿਰ ਕੱਪੜ ਛਾਣ ਕਰੋ ਤੇ ਯਤਨ ਕਰੋ ਇਹਨਾਂ ਵਿੱਚੋਂ ਸਾਬਤੀ ਕੋਈ ਬਚੇ ਨਾ ਇੰਨੀ ਲੱਕੜ ਪਾਈ ਗਈ ਫੂਕੀ ਗਈ ਕਿ ਮਿਰਚਾਂ ਸੜ ਕੇ ਸੁਆਹ ਹੋ ਜਾਣ ਤਾਂ ਨੌਵੇਂ ਪਾਤਸ਼ਾਹ ਕਹਿੰਦੇ ਜਦੋਂ ਸੁਆਹ ਹੋ ਗਈਆਂ ਕੱਪੜ ਛਾਣ ਕੀਤੀਆਂ ਫਿਰ ਤੁਹਾਨੂੰ ਖੁਦਾ ਦੀ ਮਰਜ਼ੀ ਦੱਸਾਂਗੇ ਕੀ ਹੈ ਤਾਂ ਜਦੋਂ ਕੱਪੜ ਛਾਣ ਕੀਤੀ ਗਈ ਸਵਾ ਤਾਂ ਤਿੰਨ ਮਿਰਚਾਂ ਸਾਬਤ ਨਿਕਲੀਆਂ ਪੂਰਾ ਯਤਨ ਕਰਨ ਦੇ ਬਾਵਜੂਦ ਵੀ ਤਿੰਨ ਮਿਰਚਾਂ ਸਾਬਤ ਸਤਿਗੁਰੂ ਕਹਿੰਦੇ ਤੁਸੀਂ ਜ਼ੋਰ ਲਾ ਲਿਆ ਸਾੜਨ ਤੇ ਆਪਦਾ ਪਰ ਤਿੰਨ ਬਜੀਆਂ ਨੇ ਇਹ ਖੁਦਾ ਦੀ ਮਰਜ਼ੀ ਹੈ ਤੂੰ ਕਹਿੰਦਾ ਮੈਂ ਦੋਆਂ ਤੋਂ ਇੱਕ ਕਰਨੇ ਨੇ ਖੁਦਾ ਕਹਿੰਦਾ ਮੈਂ ਦੋ ਧਰਮਾਂ ਤੋਂ ਤਿੰਨ ਕਰਨੇ ਇੱਕ Hindu ਇੱਕ Musalman ਤੀਸਰਾ ਖਾਲਸਾ ਪੰਥ ਤਾਂ ਸੱਚੇ ਪਾਤਸ਼ਾਹ ਕਹਿੰਦੇ ਭਾਈ ਖੁਦਾ ਦੀ ਮਰਜ਼ੀ ਜੇ ਹੋਵੇ ਕਿ ਇੱਕ ਧਰਮ ਦੇ ਹੋ ਜਾਣ ਤਾਂ Hindu ਜੰਮਣੇ ਹੀ ਨਹੀਂ ਚਾਹੀਦੇ ਹਨ ਤੂੰ ਕਿਸ ਤਰ੍ਹਾਂ ਕਹਿਣਾ ਵਾ ਵੀ Hindu ਸਾਰੇ ਮੁਸਲਮਾਨ ਹੋ ਜਾਣ ਇਸ ਇਸੇ ਕਰਕੇ ਸੱਚੇ ਪਾਤਸ਼ਾਹ ਜੀ ਦੇ ਉਸਤਤ ਕੀਤੀ ਆ ਤਿਲਕ ਜੰਜੂ ਰਾਖਾ ਪ੍ਰਪਤਾ ਕਾ ਕੀਨੋ ਬੜੋ ਕਲੂ ਮੈ ਸਾਕਾ ਸਾਧਨ ਹੈ ਤੇ 30 ਦਿਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਠੀਕਰ ਫੋਰ ਦਲੀ ਸਿਰ ਪ੍ਰਪੁਰਕਿਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨ ਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਤਾਂ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਇਹੋ ਜੇ ਸਾਕੇ ਨਹੀਂ ਕਰਦਾ ਵੀ ਤੁਸੀਂ ਇੱਕ ਧਰਮ ਤੇ ਜ਼ੁਲਮ ਕਰੋ ਦੂਸਰੇ ਧਰਮ ਨੂੰ ਖਤਮ ਹੀ ਕਰ ਦੋ ਕਾ ਸਿੱਖ ਧਰਮ ਕਿੱਦਾਂ ਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾੜੇ ਸਰਬੱਤ ਦਾ ਭਲਾ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਤਾਂ 10ਵੇਂ ਪਾਤਸ਼ਾਹ ਇਹ ਗੱਲ ਲਿਖਦੇ ਨੇ ਨਾ ਧਰਮ ਮੰਗਣਾ ਪਰਮੰਗਣਾ ਸਰਮੰਗਣਾ ਸਾਕੇ ਵਾਹਿਗੁਰੂ ਇਦਾਂ ਦੇ ਸਾਕੇ ਨਹੀਂ ਕਰਦਾ ਹੈ ਕਿਉਂ ਵਾਹਿਗੁਰੂ ਜੀ ਦੇ ਵਾਸਤੇ ਦੇਹਰਾ ਮਸੀਤ ਸੋਈ ਪੂਜਾ ਉਹ ਨਵਾਜ ਉਹ ਮਨ ਸਭ ਏਕ ਪਏ ਅਨੇਕ ਕੋ ਪ੍ਰਭਾਉ ਹੈ ਤਾਂ ਵਾਹਿਗੁਰੂ ਜੀ ਦੇ ਅੱਗੇ ਸਾਰੇ ਹੀ ਇੱਕ ਹਨ ਤਾਂ ਸਤਿਗੁਰੂ ਜੀ ਕਹਿੰਦੇ ਐਸੇ ਵਾਹਿਗੁਰੂ ਨੂੰ ਜਿਹੜਾ ਧਰਮ ਦੇ ਝਗੜਿਆਂ 'ਚ ਨਹੀਂ ਆਉਂਦਾ ਹੈ ਬਖੀਲੀਆਂ 'ਚ ਨਹੀਂ ਆਉਂਦਾ ਹੈ ਇਹਨਾਂ ਤੋਂ ਰਹਿਤ ਹੈ ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਤੰਗ ਨਮਸਕਾਰ ਹੈ ਜਾ ਮਹਾਪੁਰਸ਼ ਹੋਰ ਵੀ ਕਈ ਅਰਥ ਵਿਦਵਾਨ ਲੋਕ ਸੰਤ ਲੋਕ ਸਾਧੂ ਲੋਕ ਇਹਨਾਂ ਤੁਕਾਂ ਦੇ ਕਰਦੇ ਹਨ ਨਮਸਤੰ ਨਿਰਸਾਕੇ ਦੇ ਜਿਵੇਂ ਸਾਖ ਦਾ ਸਕੇ ਸੰਬੰਧੀ ਅਰਥ ਕਰ ਦਿੰਦੇ ਨੇ ਸਾਖ ਦਾ ਸੰਮ ਅਰਥ ਕਰ ਦਿੰਦੇ ਨੇ ਸਾਖ ਦਾ ਸਾਕਾ ਕਰ ਦਿੰਦੇ ਨੇ ਇਸੇ ਤਰ੍ਹਾਂ ਸਾਖ ਦਾ ਅਰਥ ਖਿੱਚ ਕੇ ਪ੍ਰੋੜੀ ਬਾਤ ਦੇ ਨਾਲ ਸਿੱਕਾ ਵੀ ਕਰਦੇ ਨੇ ਜਿਵੇਂ ਰਾਜੇ ਲੋਕ ਰਾਜ ਭਾਗ ਖੋ ਕੇ ਆਪਦੇ ਨਾਂ ਦੇ ਸਿੱਕੇ ਚਲਾਉਂਦੇ ਨੇ ਵੀ ਅਸੀਂ ਖਣੀ ਰੱਬ ਹੀ ਬਣ ਗਏ ਕਿਸੇ ਦੀ ਪਰਵਾਹ ਨਹੀਂ ਕਰਦੇ ਹਨ ਦੂਸਰਾ ਬਾਦਸ਼ਾਹ ਆਉਂਦਾ ਉਹਨੂੰ ਗੱਦੀ ਤੋਂ ਲਾ ਕੇ ਫਿਰ ਆਪਦੇ ਸਿੱਕੇ ਚਲਾਉਂਦਾ ਹੈ ਪ੍ਰਤੀ ਤੀਸਰਾ ਆਵੇਗਾ ਉਹ ਆਪਦੇ ਚਲਾਵੇਗਾ ਚੌਥਾ ਆਵੇਗਾ ਜਿਹੜਾ ਆਉਂਦਾ ਉਹ ਆਪਦੀਆਂ ਚੰਬਦੀਆਂ ਚਲਾਉਂਦਾ ਹੈ ਤੇ ਸਮਝਦਾ ਵੀ ਮੈਂ ਹੀ ਸਭ ਕੁਝ ਆ ਮੈਂ ਹੀ ਰੱਬ ਕਾ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਦਾ ਬਾਦਸ਼ਾਹ ਨਹੀਂ ਜਿਹੜਾ ਜ਼ੁਲਮ ਕਰਕੇ ਰਾਜ ਭਾਗ ਤੇ ਬਹਿ ਕੇ ਆਪ ਦੇ ਚੰਬ ਦੇ ਸਿੱਕੇ ਚਲਾਵੇ ਉਹਦਾ ਤਾਂ ਪਰਾਲਬਦ ਰੂਪ ਸਿੱਕਾ ਹਮੇਸ਼ਾ ਹੀ ਚੱਲਦਾ ਹੈ ਘਰ ਘਰ ਲਸ਼ਕਰ ਪਾਵਕ ਤੇਰਾ ਧਰਮ ਕਰੇ ਸਿਕਦਾਰੀ ਧਰਤੀ ਦੇਗ ਮਿਲੇ ਇਕਵੇਰਾ ਭਾਗ ਤੇਰਾ ਪੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖਵਾਰੀ ਤਾਂ ਜਿਹੜੀ ਕਿਸਮਤ ਹੈ ਪਰਾਲਬਦ ਹੈ ਇਹਦੇ ਮੁਤਾਬਕ ਹਰੇਕ ਨੂੰ ਦੁੱਖ ਸੁੱਖ ਮਿਲਦਾ ਹੈ ਤਾਂ ਪਰਾਲਬਦ ਰੂਪ ਜਿਹੜਾ ਸਿੱਕਾ ਵਾਹਿਗੁਰੂ ਜੀ ਦਾ ਉਹ ਹਮੇਸ਼ਾ ਹੀ ਚੱਲਦਾ ਰਹਿੰਦਾ ਸੰਸਾਰ ਦੇ ਉੱਤੇ ਤਾਂ ਦੁਨਿਆਵੀ ਸਿੱਕੇ ਚਲਾਉਣ ਵਾਲੋ ਵਾਹਿਗੁਰੂ ਪਰਮੇਸ਼ਰ ਦੁਨਿਆਵੀ ਬਾਦਸ਼ਾਹ ਵਾਂਗੂੰ ਇਸ ਤਰ੍ਹਾਂ ਨਹੀਂ ਕਰਦਾ ਮਾਰੇ ਕਹਿੰਦੇ ਰਹਿਤ ਹੈ ਤਾਂ ਇਹ ਵੀ ਅਰਥ ਵਿਦਵਾਨ ਕਰ ਦਿੰਦੇ ਹਨ ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਹੈ ਨਮਸਤੰ ਨਿਰਬਾਕੇ ਬਾਕ ਕਹਿੰਦੇ ਹਨ ਫਾਰਸੀ ਦੇ ਵਿੱਚ ਖੌਫ ਨੂੰ ਭੈ ਨੂੰ ਡਰ ਨੂੰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਡਰ ਤੋਂ ਭੈ ਤੋਂ ਰਹਿਤ ਹੈ ਨਾ ਤਸਵੀਰ ਖਰਾਚ ਨਾ ਮਾਲ ਖੌਪ ਨਾ ਕਤਾ ਨਾ ਤਰਸ ਜਵਾਲ ਬੇਗਮ ਪੁਰਾ ਬੇਗਮ ਪੁਰਾ ਸਹਿਰ ਕੋ ਨਾ ਦੂਖ ਦੋ ਨਹੀਂ ਤੇ ਠਾਓ ਤਾ ਐਸਾ ਵਾਹਿਗੁਰੂ ਜਿਹੜਾ ਨਿਰਬਾਕੇ ਬਾਕ ਖੋਫ ਤੋਂ ਨਿਰ ਰਹਿਤ ਹੈ ਜਿਹੜੇ ਉਹਦਾ ਨਾਮ ਜਪਦੇ ਨੇ ਉਹ ਵੀ ਨਿਰਭਉ ਪਦਵੀ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਉਹਦੀ ਕਮਾਈ ਕਰਦੇ ਨੇ ਉਹ ਵੀ ਨਿਰਵੈਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਹਨ ਜਾਂ ਨਿਰਬਾਕੇ ਬਾਕ ਕਹਿੰਦੇ ਨੇ ਟੇਢ ਤਾਈ ਨੂੰ ਛਲ ਕਵਟ ਨੂੰ ਵਾਹਿਗੁਰੂ ਪਰਮੇਸ਼ਰ ਜੀ ਜਿਵੇਂ ਦੁਨਿਆਵੀ ਲੋਕ ਛਾਲ ਕਵਟ ਧੋਖਾ ਠਗੀਆਂ ਫਰੇਪੀਆਂ ਚਲਾਕੀਆਂ ਕਰਦੇ ਹਨ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਵਾਸ ਦੇ ਵਿੱਚ ਆਉਣ ਵਾਲੇ ਨਹੀਂ ਹਨ ਉਹ ਤਾਂ ਹਿਰਦੇ ਦੀ ਸਫਾਈ ਸ਼ੁੱਧਤਾ ਭੋਲਾਪਨ ਇਸ ਪ੍ਰਕਾਰ ਪ੍ਰਾਪਤ ਹੁੰਦੇ ਨੇ ਇਸ ਕਰਕੇ ਐਸੇ ਵਾਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਟੇਢ ਤਾਈ ਤੋਂ ਨਿਰਰਹਿਤ ਹੈ ਛਾਲ ਕਬਟ ਤੋਂ ਰਹਿਤ ਹੈ ਐਸੇ ਵਾਹਿਗੁਰੂ ਜੀ ਨੂੰ ਮਾਰੇ ਕਹਿੰਦੇ ਨਮਸਕਾਰ ਹੈ ਜਾਂ ਬਾਕ ਕਹਿੰਦੇ ਬਚਨਾਂ ਨੂੰ ਵਾਕ ਕਹਿ ਦਿੰਦੇ ਪੰਜਾਬੀ ਦੇ ਵਿੱਚ ਤਾਂ ਬਚਨਾਂ ਨੂੰ ਬੋਲਾਂ ਨੂੰ ਕੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਸਿਰਫ ਗੱਲਾਂ ਕਰਕੇ ਹੋ ਜਾਂਦੀ ਹੈ ਵਾਕਾਂ ਕਰਕੇ ਹੋ ਜਾਂਦੀ ਐ ਬੋਲਾਂ ਕਰਕੇ ਹੋ ਜਾਂਦੀ ਐ ਤਮਾਰਾ ਕਹਿੰਦੇ ਕੱਲਾ ਗੱਲਾਂ ਬਾਤਾਂ ਦੇ ਨਾਲ ਰੱਬ ਨਹੀਂ ਮਿਲਦਾ ਗੱਲਾਂ ਬਾਤਾਂ ਤੋਂ ਉਹ ਰਹਿਤ ਨਿਰ ਰਹਿਤ ਹੈ ਉਹਦੀ ਪ੍ਰਾਪਤੀ ਨਹੀਂ ਧਾਰਮਿਕ ਜਿਹੜੇ ਬਚਨ ਬਲਾਸ ਨੇ ਉਹ ਤਾਂ ਮਨ ਸਮਝਾਉਣ ਵਾਸਤੇ ਹਨ ਸਾਰੇ ਕਮਾਈ ਤੇ ਫੇਰ ਕਰਨੀ ਪੈਂਦੀ ਹੈ ਤਮਾਰਾ ਸੱਚੇ ਪਾਤਸ਼ਾਹ ਕਹਿੰਦੇ ਨਮਸਤੰਗ ਨਿਰਵਾਕ ਕੇ ਕਾਹੂ ਬੋਲ ਨਾ ਪਹਚਤ ਪ੍ਰਾਨੇ ਅਗਮ ਅਗੋਚਰ ਪ੍ਰਭ ਨਿਰਬਾਨੀ ਬੋਲਾਂ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ ਗੱਲਾਂ ਦੇ ਨਾਲ ਪ੍ਰਮਾਤਮਾ ਵਸਦੇ ਵਿੱਚ ਨਹੀਂ ਆਉਂਦਾ ਸਤਿਗੁਰੂ ਬਾਣੀ ਦੇ ਵਿੱਚ ਵੀ ਲਿਖਦੇ ਨੇ ਅਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਇ ਲੈ ਪਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸੈ ਗੱਲੀ ਪਾਇਆ ਮਾਲਕ ਮਾਣੇ ਰੂਪ ਕੀ ਸ਼ੋਭਾ ਇਤਬੀਦੀ ਜਨਮ ਕਬਾਇਆ ਵਾਹਿਗੁਰੂ ਪਰਮੇਸ਼ਰ ਗੱਲਾਂ ਦੇ ਨਾਲ ਨਹੀਂ ਪ੍ਰਾਪਤ ਹੁੰਦਾ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੱਲੀ ਕਿਨੇ ਨਾ ਪਾਇਆ ਇੱਕ ਫੇਰਾ ਘਨੇਰੇ ਕਰੇ ਗੱਲਾਂ ਜਦ ਸਤਿਗੁਰੂ ਜੀ ਕਹਿੰਦੇ ਗੱਲੀ ਤਪਾਵਸ ਨਾ ਹੋਈ ਵੇਸ ਖਾਦੇ ਤਤਕਾਲ ਮਰ ਜਾਏ ਜੇ ਕਿਸੇ ਨੇ ਜ਼ਹਿਰ ਖਾਦਾ ਹੈ ਤੇ ਉਹ ਗੱਲਾਂ ਕਰੀ ਜਾਵੇ ਵੀ ਮੈਂ ਮਰਦਾ ਨਹੀਂ ਮੈਂ ਮਰਦਾ ਨਹੀਂ ਹੁਣ ਖਾਦਾ ਜ਼ਹਿਰ ਆ ਮਰਨਾ ਤੇ ਪੈਣਾ ਹੀ ਗੱਲਾਂ ਕਰਨ ਦੇ ਨਾਲ ਵੀ ਮੈਂ ਮਰਦਾ ਨਹੀਂ ਮੈਂ ਮਰਦਾ ਨਹੀਂ ਮਰਨਾ ਤੇ ਪੈਣਾ ਹੀ ਆ ਖਾਦਾ ਜ਼ਹਿਰ ਤਾਂ ਇੰਦੇ ਦ੍ਰਿਸ਼ਟਾਂ ਦੇ ਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਬਾਕਾਂ ਦੀ ਚਤਰਤਾ ਚੰਚਲਤਾ ਦੇ ਨਾਲ ਪ੍ਰਾਪਤ ਹੋਣ ਵਾਲਾ ਨਹੀਂ ਹੈ ਪਾਈ ਸਾਹਿਬ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਪੂਛਤ ਪਥਕ ਤੇ ਮਾਰਗ ਨ ਧਾਰੇ ਪਗ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਿ ਹੋਜਾਈਐ ਪੂਛਤ ਹੈ ਬੈਦ ਨ ਖਾਤ ਔਖਦ ਨ ਸੰਜਮ ਸੈ ਕੈਸੇ ਰੋਗ ਮਿਟੈ ਸੁਖ ਸਹਿਜ ਸਮਾਈਐ ਪੂਛਤ ਹੈ ਸੋਹਾਗਨ ਕਰਮ ਹੈ ਦੁਹਾਗਨ ਕੇ ਰਿਦੈ ਬਿ ਵਿਚਾਰ ਕਤ ਸਹਿਜ ਬਲਾਏ ਹੁਣ ਅੱਗੇ ਤਾਂ ਸਾਰਿਆਂ ਦਾ ਹੀ ਭਾਈ ਗੁਰਦਾਸ ਸਾਹਿਬ ਨੇ ਖੰਡਨ ਕਰ ਦਿੱਤਾ ਗਾਏ ਸੁਨੇ ਆਖੇ ਵਿੱਚੇ ਪਾਈਏ ਨਾ ਪਰਮਪਾਦ ਗੁਰ ਉਪਦੇਸ਼ ਗਹਿ ਜੋਲ ਉਹਨਾ ਕਮਾਈਏ ਸਿਰਫ ਗੱਲਾਂ ਕਰਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਨਾਲੇ ਦੁਨੀਆ ਕਿਸੇ ਬੰਨੇ ਵੀ ਰਾਜੀ ਹੁੰਦੀ ਸੰਸਾਰ ਦਾ ਸੁਭਾਅ ਹੈ ਤੁਸੀਂ ਹੈਰਾਨ ਹੋਵੋਗੇ ਆ ਪਿਛਲੇ ਦਿਨਾਂ ਚ ਸ਼੍ਰੀਮਾਨ ਸੰਤ RAM ਸਿੰਘ ਜੀ ਦਾਨਕ ਸਰ ਵਾਲੇ ਸਿੰਘੜੇ ਵਾਲੇ ਚੜ੍ਹਾਈ ਕਰਗੇ ਨੇ ਬੜੀ ਵੱਡੀ ਕੁਰਬਾਨੀ ਦੇਗੇ ਨੇ ਪਰ ਬਹੁਤੇ ਸੱਜਣਾ ਨੂੰ ਗੱਲਾਂ ਬਾਤਾਂ ਵਾਲਿਆਂ ਨੂੰ ਇਹ ਵੀ ਪਸੰਦ ਨਹੀਂ ਆਉਂਦੀ ਪਈ ਰਾਸ ਨਹੀਂ ਆਉਂਦੀ ਪਈ ਹੁਣ ਇੱਕ ਬੰਦੇ ਤੇ ਕਹਿੰਦੇ ਸੀ ਜੇ ਤੁਸੀਂ ਸੰਘਰਸ਼ ਕਰਦੇ ਹੋ ਤੇ ਸਰਕਾਰ ਕਹਿੰਦੀ ਇਹ ਖਾਲਸਤਾਨ ਦਾ ਸੰਘਰਸ਼ ਹੈ ਸਰਕਾਰ ਨੂੰ ਬਹਾਨਾ ਮਿਲ ਜਾਊਗਾ ਜੀ ਉਹ ਬੰਦ ਕਰ ਦੇਣਗੇ ਜੀ ਤੇ ਜੇ ਦੂਸਰੇ ਬੰਦੇ ਕਿਸੇ ਸੰਤ ਨੇ ਆਪਦੀ ਸ਼ਹਾਦਤ ਸ਼ਾਂਤਮਈ ਦੇਤੀ ਆ ਵੀ ਸਰਕਾਰ ਨੂੰ ਬਹਾਨਾ ਨਾ ਮਿਲੇ ਸਰਕਾਰ ਕਿਸਾਨਾਂ ਨੂੰ ਉਠਾ ਨਾ ਦੇਵੇ ਤੇ ਤਾਂ ਵੀ ਕਈ ਸੱਜਣ ਸਹਿਮਤ ਨਹੀਂ ਚਲੋ ਸਭ ਨੂੰ ਆਪੋ ਆਪਣੇ ਮਾਤਮ ਮੁਬਾਰਕ ਪਰ ਧਾਰਮਿਕ ਗ੍ਰੰਥ ਕਹਿੰਦੇ ਨੇ ਸੰਤ ਦਾ ਹਿਰਦਾ ਬੜਾ ਕੋਮਲ ਹੋਣਾ ਚਾਹੀਦਾ ਹੈ। ਤੁਲਸੀਦਾਸ ਜੀ ਨੇ ਇੱਕ ਬੜਾ ਸੋਹਣਾ ਦੋ ਰਾਜਾ ਉਹਨਾਂ ਨੇ ਚੌਪਈ ਲਿਖੀ ਹੈ ਆਪਣੀ ਰਚਨਾ ਦੇ ਵਿੱਚ ਸੰਤ ਹਿਰਦੈ ਨਵਨੀਤ ਸਮਾਨਾ ਕਹਾ ਕਵਨ ਪਰ ਕਹੈ ਨਾ ਜਾਨਾ ਸੰਤ ਦਾ ਹਿਰਦਾ ਮਖਣੀ ਵਰਗਾ ਚਾਹੀਦਾ ਮੱਖਣ ਵਰਗਾ ਕਵੀਆਂ ਨੇ ਆਖਿਆ ਹੈ ਕਿ ਸੰਤ ਦਾ ਹਿਰਦਾ ਮੱਖਣ ਵਰਗਾ ਹੋਣਾ ਚਾਹੀਦਾ ਕੋਮਲ ਸੌਫਟ ਧੌਲ ਧਰਮ ਦਇਆ ਕਾ ਪੂਤ ਤਰਸ ਹੋਵੇ ਦਇਆ ਹੋਵੇ ਪਰਉਪਕਾਰ ਹੋਵੇ ਪਰ ਕਵੀ ਪੂਰੀ ਉਪਮਾ ਕਰ ਨਹੀਂ ਸਕੇ ਸੰਤ ਦੇ ਹਿਰਦੇ ਦੀ ਕਿਉਂ ਨਿਜ ਪਰਤਾਪ ਦਰਵੀ ਨਵਨੀਤਾ ਜਿਹੜੀ ਮਖੜੀ ਆ ਨਾ ਜਦੋਂ ਉਹਨੂੰ ਸ਼ੇਕ ਲੱਗੇ ਨਾ ਆਪਣੇ ਆਪ ਨੂੰ ਸ਼ੇਕ ਲੱਗੇ ਫੇਰ ਉਹ ਪਿਗਲ ਜਾਂਦੀ ਏ ਜਦੋਂ ਆਪ ਨੂੰ ਲੱਗਾ ਫੇਰ ਪਿਗਲੀ ਪਰ ਸੰਤ ਦੇ ਵਿੱਚ ਇੱਕ ਫਰਕ ਆ ਪਾਰ ਦੁੱਖ ਦਰਵੇ ਸੰਤ ਸੋ ਪੁਨੀਤਾ ਸੰਤ ਜਦੋਂ ਦੂਜੇ ਨੂੰ ਦੁੱਖ ਲੱਗਾ ਫੇਰ ਪਿਗਲਿਆ ਬਾਕੀ ਦੁਨੀਆ ਦਾ ਸੁਭਾਅ ਕੀ ਆ ਮੱਖਣ ਦਾ ਕੀ ਸੁਭਾਅ ਆ ਜਦੋਂ ਆਪ ਨੂੰ ਗਰਮੀ ਲੱਗੀ ਫੇਰ ਪਿਗਲੀ ਪਰ ਸੰਤ ਦਾ ਸੁਭਾਅ ਇਤੋਂ ਵੀ ਉਲਟ ਹੈ ਜਦੋਂ ਦੂਜਾ ਦੁਖੀ ਹੋਇਆ ਤੇ ਫੇਰ ਆਪ ਉਹ ਪਿਗਲ ਗਿਆ ਦੁਖੀ ਹੋ ਗਿਆ ਇਹ ਸੁਣੀ ਤੇ ਸੀ ਪੜ੍ਹੀ ਤੇ ਸੀ ਤੇ ਸਾਡਾ ਇਤਿਹਾਸ ਇਸ ਗੱਲ ਨੂੰ ਸਮਝਾਉਂਦਾ ਵਾਰੀ-ਵਾਰੀ ਹੁਣ ਨੌਵੇਂ ਪਾਤਸ਼ਾਹ ਦਾ ਅੱਜ ਸ਼ਹੀਦੀ ਦਿਹਾੜਾ ਹੈ ਪਹਿਲਾਂ ਵੀ ਬੇਨਤੀ ਕੀਤੀ ਸੀ ਹੁਣ ਜਿਹੜੇ ਧਰਮ ਨਾਲ ਲੈਣ ਦੇਣੇ ਕੋਈ ਨਹੀਂ ਹੈ ਆਸਾ ਇਸਤੂ ਪਾਸ਼ਨਾ ਇਹ ਕੁਝ ਗੱਲਾਂ ਨਹੀਂ ਰਲਦੀਆਂ ਹਨ ਸਿੱਖ ਧਰਮ ਨਿਰਗੁਣ ਉਪਾਸ਼ਨਾ ਜਿਆਦਾ ਕਰਦਾ ਹੈ ਤਿਲਕ ਨਾਲ ਕੋਈ ਵਾਸਤਾ ਨਹੀਂ ਜੰਝੂ ਅਸਰੀ ਪਾਉਂਦੇ ਤਿਲਕ ਅਸੀਂ ਦੀ ਲਾਉਂਦੇ ਉਸ ਧਰਮ ਦੇ ਵਾਸਤੇ ਮੂਰਤੀ ਸਿੱਖ ਨਹੀਂ ਪੂਜਦਾ ਉਸ ਧਰਮ ਦੇ ਵਾਸਤੇ ਕੁਰਬਾਨੀ ਦੇਣੀ ਇਹ ਸੰਤ ਦਾ ਹਿਰਦਾ ਵਾ ਧਾਰਮਿਕ ਗ੍ਰੰਥਾਂ ਚ ਲਿਖਿਆ ਹੈ ਤੇ ਦਾਸ ਪੜਦਾ ਵੀ ਪਿਆ ਸੀ ਸੁਰਦਾ ਵੀ ਪਿਆ ਸੀ ਵੀ ਕਈ ਸੱਜਣ ਸਹਿਮਤ ਨਹੀਂ ਹੋ ਰਹੇ ਇਸ ਗੱਲ ਉੱਤੇ ਤੇ ਕਮਾਲ ਦੀ ਗੱਲ ਹੈ ਗੱਲਾਂ ਬਾਤਾਂ ਨਾਲ ਸੰਸਾਰ ਨਹੀਂ ਜਿੱਤਿਆ ਜਾ ਸਕਦਾ ਇੱਕ ਬੰਨੇ ਕਹਿਣਾ ਜੇ ਕੋਈ ਸੰਘਰਸ਼ ਕਰਕੇ ਮਰਨਾ ਚਾਹੀਦਾ ਜੀ ਜੂਝ ਕੇ ਮਰਨਾ ਚਾਹੀਦਾ ਤੇ ਰੋਕਿਆ ਕਿੰਨੇ ਆ ਮਰੋ ਜਾ ਕੇ ਦੂਸਰੇ ਬੰਨੇ ਫਿਰ ਕਹਿ ਦੇਣਾ ਵੀ ਖਾਲਸਤਾਨ ਦੀ ਗੱਲ ਨਾ ਕਰੋ ਜੀ ਜੂਝਣ ਦੀ ਗੱਲ ਨਾ ਕਰੋ ਤੇ ਜੇ ਕੋਈ ਸੰਤ ਸ਼ਾਂਤਮਈ ਸ਼ਹੀਦੀ ਦੇ ਗਿਆ ਤੇ ਤਾਂ ਵੀ ਔਖੇ ਦੇ ਔਖੇ ਨਚੋੜ ਕੀ ਹੈ ਵੀ ਗੱਲੀ ਬਾਤੀ ਇਹ ਸੰਸਾਰ ਦੇ ਦੋਵੇਂ ਪਾਸੇ ਦੰਦੇ ਲੱਗੇ ਹੁੰਦੇ ਨੇ ਇਹ ਕੋਈ ਨਹੀਂ ਜਿੱਤ ਸਕਦਾ ਗੱਲਾਂ ਦੇ ਨਾਲ ਕੁਝ ਨਹੀਂ ਹੁੰਦਾ ਗੁਰਬਾਣੀ ਕਹਿੰਦੀ ਹੈ ਹੁੰਦਾ ਜੋ ਵੀ ਹੈ ਉਹ ਕੁਰਬਾਨੀ ਨਾਲ ਹੁੰਦਾ ਹੈ ਕਮਾਈ ਦੇ ਨਾਲ ਹੁੰਦਾ ਹੈ ਗੱਲੀ ਬਾਤੀ ਤੇ ਰੱਬ ਵੀ ਨਹੀਂ ਮਿਲਦਾ ਕਿਸੇ ਨੂੰ ਹੋਰ ਤੇ ਕੀ ਪ੍ਰਾਪਤੀ ਕਰਦੀ ਕਿਸੇ ਤੇ ਤਾ ਸਤਿਗੁਰੂ ਸੱਚੇ ਪਾਤਸ਼ਾਹ ਕੀ ਕਹਿੰਦੇ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਉਹ ਬਾਕਾਂ ਕਰਕੇ ਪ੍ਰਾਪਤ ਨਹੀਂ ਹੁੰਦਾ ਉਹ ਗੱਲੀ ਬਾਤੀ ਪ੍ਰਾਪਤ ਨਹੀਂ ਹੁੰਦਾ ਉਹ ਕਵਾਈ ਕਰਕੇ ਬੰਦਗੀ ਕਰਕੇ ਕਲਣਾ ਕਰਕੇ ਉਹਦੀ ਪ੍ਰਾਪਤੀ ਮੰਨੀ ਗਈ ਹੈ। ਮੇਰੇ ਬਾਕਾਂ ਕਰਕੇ ਬੋਲਾਂ ਕਰਕੇ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਨਿਰਰਹਿਤ ਹੈ ਬੋਲ ਕਰਕੇ ਉਹਦੀ ਪ੍ਰਾਪਤੀ ਨਹੀਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮਸਤੰਗ ਨਮਸਕਾਰ ਹੈ। ਨਮਸਤੰ ਰਹੀਮੇ ਨਮਸਤੰ ਕਰੀਬੇ ਰਹੀਮੇ ਰਹਿਮ ਕਰਨ ਵਾਲਾ ਹੈ ਤਰਸ ਕਰਨ ਵਾਲਾ ਹੈ ਤਰਸ ਦਾ ਭਰਿਆ ਹੋਇਆ ਹੈ ਰਹਿਮ ਦਾ ਭਰਿਆ ਹੋਇਆ ਹੈ ਲੇਖੇ ਕਤੇ ਨਾ ਛੂਟੀਏ ਖਿੰਖਿਨ ਭੂਲਣਹਾਰ ਬਖਸ਼ਣਹਾਰ ਬਖਸ ਲੈ ਨਾਨਕ ਪਾਰਵਤਾਰ ਐਸੇ ਵਾਹਿਗੁਰੂ ਜੀ ਨੂੰ ਨਮਸਤੰ ਨਮਸਕਾਰ ਹੈ ਕਰੀਮੇ ਕਿਰਪਾ ਕਰਨ ਵਾਲਾ ਹੈ ਬਖਸ਼ਿਸ਼ ਕਰਨ ਵਾਲਾ ਹੈ ਕਿਰਪਾ ਕਰਕੇ ਤਾਰ ਦਿੰਦਾ ਹੈ ਐਸੇ ਵਾਹਿਗੁਰੂ ਜੀ ਨੂੰ ਨਮਸਤੰਗ ਨਮਸਕਾਰ ਕੀ ਮੰਗਣਾ ਚਾਹੀਦਾ ਹੈ ਵਾਹਿਗੁਰੂ ਪਰਮੇਸ਼ਰ ਜੀ ਦੇ ਪਾਸੋਂ ਤਾਂ ਸੰਤ ਸਾਧੂ ਮਹਾਤਮਾ ਕਹਿੰਦੇ ਕਿਰਪਾ ਮੰਗਣੀ ਚਾਹੀਦੀ ਹੈ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਵਾਹਿਗੁਰੂ ਜੀ ਤੋਂ ਕਿਰਪਾ ਮੰਗਣੀ ਚਾਹੀਦੀ ਹੈ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨ ਅਪਗੁਨ ਨ ਵਿਚਾਰੋ ਕੋਈ ਮਾਟੀ ਕਾ ਕਿਆ ਤੋਂ ਪੈ ਸਵਾਮੀ ਮਾਨਸ ਕੀ ਗਤਿ ਖਾਤ ਪੀਤ ਖੇਲਤ ਹਸਤ ਪਰਬੈ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਗੁਰਬਾਣੀ ਤੇ ਵਾਰ-ਵਾਰ ਸਮਝਾਉਂਦੀ ਆ ਤੁੱਧ ਭਾਵੇ ਤਾਂ ਬਖਸ ਲੈ ਖੋਟੇ ਸੰਘ ਕਰੇ ਨਾਨਕ ਭਾਵੇ ਪਾਰ ਭ੍ਰਮ ਪਾਹਨ ਨੀਤਰ ਤਾਂ ਕੀ ਮੰਗਣਾ ਚਾਹੀਦਾ ਸੀ ਤੇ ਸਿਰ ਪੈਸਾ ਹੀ ਮੰਗੇ ਜਾਂਦੇ ਆ ਵਡਿਆਈ ਮੰਗੀ ਜਾਂਦੇ ਆ ਪਦਵੀ ਮੰਗੀ ਜਾਂਦੇ ਆ ਅਸਲੀ ਚੀਜ਼ ਕੀ ਆ ਕਿਰਪਾ ਕਿਰਪਾ ਤੋਂ ਬਿਨਾ ਇਹਨਾਂ ਦੇ ਨਾਲ ਬੜਾ ਕੁਝ ਆਉਂਦਾ ਹੈ ਹਣ ਜਿੰਨਾ ਪਾਸ ਪੈਸਾ ਸਿਰਫ ਕੱਲਾ ਪੈਸਾ ਨਾ ਕੋਈ ਨਾਮ ਨਾਮ ਨਹੀਂ ਕੋਈ ਸੇਵਾ ਨਹੀਂ ਕੋਈ ਸਤ ਸੰਗਤ ਨਹੀਂ ਕੋਈ ਪਰਉਪਕਾਰ ਨਹੀਂ ਉਹ ਪੈਸਾ ਵੀ ਉਹਨਾਂ ਨੂੰ ਦੁੱਖदाई ਬਣ ਜਾਂਦਾ ਜਿਵੇਂ ਪੰਡਤ ਹਰਤੇਾਲ ਜੀ ਕਹਿੰਦੇ ਨੇ ਨਾ ਬਾਕੀ ਦੇ ਭਰਾ ਨਰਾਜ ਹੋ ਜਾਂਦੇ ਉਹਦੇ ਤੇ ਜਿਨੇ ਕੱਲੇ ਪੈਸੇ ਨੂੰ ਘਰ ਬੁਲਾ ਲਿਆ ਹੁਣ بڑے بڑے ਵੱਡੇ ਸੱਜਣ ਜਿਨ੍ਹਾਂ ਨੂੰ ਹੀਰੋ ਕਹਿੰਦੇ ਨੇ ਬڑے بڑے ਵੱਡੇ ਕਲਾਕਾਰ ਪੈਸੇ ਦੀ ਕੋਈ ਕਮੀ ਨਹੀਂ ਪਰ ਹਰੇਕ ਨੂੰ ਕੋਈ ਨਾ ਕੋਈ ਬਿਮਾਰੀ ਕੋਈ ਨਾ ਕੋਈ ਰੋਗ ਸ਼ੋਗ ਲੱਗਾ ਹੈ ਹਰੇਕ ਨੂੰ ਲੱਗਾ ਤੇ ਤੁਸੀਂ ਹੈਰਾਨ ਹੋਵੋਗੇ ਵੀ ਕਿਉਂ ਲੱਗਾ ਹੈ ਆਪੋ ਆਪਣਾ ਉਹਨਾਂ ਡਾਈਟੇਸ਼ਨ ਰੱਖਿਆ ਵਾ ਵੀ ਖੁਰਾਕ ਕਿਦਾਂ ਦੀ ਖਾਣੀ ਉਹ ਵੀ ਉਹਨਾਂ ਨੂੰ ਡਾਕਟਰ ਲਿਖ ਕੇ ਦਿੰਦਾ ਵੀ ਇਦਾਂ ਦੀ ਖਾਣੀ ਫਿਰ ਕਿਉਂ ਲੱਗਾ ਰੋਗ ਉਹਨਾਂ ਨੂੰ ਫੇਰ ਉਹ ਫਿਲਟਰ ਕੀਤਾ ਬਿਸਲਰੀ ਦਾ ਪਾਣੀ ਪੀਣ ਫਿਲਟਰ ਕਰਕੇ ਪਾਣੀ ਪੀਣ ਫੇਰ ਵੀ ਰੋਕ ਕਿਉਂ ਲਗਾ ਉਹਨਾਂ ਨੂੰ ਫੇਰ ਆਪੋ ਆਪਣਾ ਉਹਨਾਂ ਨੇ ਡਾਕਟਰ ਹਾਇਰ ਕੀਤਾ ਵਾ ਆਪਣਾ ਵੱਖਰਾ ਡਾਕਟਰ ਜਿਹੜਾ ਫੇਰ ਉਹ ਰੋਜ਼ ਟੈਸਟ ਕਰਾਉਂਦੇ ਆ ਹਰੇਕ ਚੀਜ਼ ਤੇ ਤੇ ਮੇਰੇ ਹਿਸਾਬ ਨਾਲ ਉਹ ਦੁੱਧ ਦੱਦ ਵੀ ਇਹੋ ਜਿਹਿਆਂ گاਵਾ ਦਾ ਹੀ ਪੀਂਦੇ ਹੋਣਗੇ ਜਿਹੜੀਆਂ ਏਸੀ ਚ ਰੱਖੀਆਂ ਹੋਣੀਆਂ ਉਹਨਾਂ ਨੇ ਇੰਨਾ ਕੁਝ ਕਰਨ ਦੇ باوجود ਵੀ ਡਾਕਟਰ ਆਪਣਾ ਵਾ ਹਰ ਰੋਜ਼ ਟੈਸਟ ਹੁੰਦੇ ਆ ਫੇਰ ਵੀ ਬਿਮਾਰੀ ਕਿਉਂ ਲੱਗੀ ਆ ਉਹਨਾਂ ਨੂੰ ਤਾਂ ਕੱਲਾ ਪੈਸਾ ਨਹੀਂ ਆਉਂਦਾ ਪੈਸੇ ਦੇ ਨਾਲ ਬੜਾ ਕੁਝ ਆਉਂਦਾ ਹੈ ਰੋਗ ਸੋਗ ਦੁੱਖ ਸੁੱਖ ਆਉਂਦਾ ਹੀ ਆਉਂਦਾ ਹੈ ਉਹਨਾਂ ਦੀ ਕੋਈ ਪ੍ਰਾਣੀ ਭਗਤੀ ਹੋਵੇਗੀ ਜਿਹਦਾ ਫਾਲੇ ਮਿਲਿਆ ਹੈ ਇਸ ਜਨਮ ਚ ਭਗਤੀ ਨਹੀਂ ਹੈ ਇਸ ਕਰਕੇ ਰੋਗ ਸੋਗ ਵੀ ਨਾਲ ਚੱਲਦਾ ਪਿਆ ਭਗਤੀ ਕਰਨ ਦਾ ਸਮਾਂ ਨਹੀਂ ਸੇਵਾ ਕਰਦਾ ਸਮਾਂ ਨਹੀਂ ਸਤ ਸੰਗਤ ਦਾ ਸਮਾਂ ਨਹੀਂ ਤਾਂ ਵਾਹਿਗੁਰੂ ਜੀ ਦੇ پاسੋਂ ਕੀ ਮੰਗਣਾ ਚਾਹੀਦਾ ਹੈ ਤਾਂ ਮਾਰੇ ਕਹਿੰਦੇ ਕਿਰਪਾ ਮੰਗਣੀ ਚਾਹੀਦੀ ਹੈ ਕਿਰਪਾ ਕਰਕੇ ਫਿਰ ਸਭ ਕੁਝ ਹੀ ਸਫਲਾ ਹੋ ਜਾਂਦਾ ਹੈ ਜੇ ਕਿਰਪਾ ਨਾ ਮੰਗੀਏ ਤੇ ਕੱਲੀ ਕੱਲੀ ਚੀਜ਼ ਮੰਗੀਏ ਉਹਨਾਂ ਦੇ ਨਾਲ ਬਹੁਤ ਕੁਝ ਆਉਂਦਾ ਹੈ ਤੁਸੀਂ ਦੇਖੋਗੇ ਜਿਨ੍ਹਾਂ ਕੋਲ ਮਾਇਆ ਜਿਆਦੀ ਉਹਨਾਂ ਨੂੰ ਵੀ ਕੋਈ ਨਾ ਕੋਈ ਰੋਗ ਜਿਨ੍ਹਾਂ ਦੀ ਚੜ੍ਹਾਈ ਜ਼ਿਆਦੀ ਉਹ ਵੀ ਕਿਸੇ ਕਰਕੇ ਦੁਖੀ। ਤਾਂ ਹਰੇਕ ਨੂੰ ਕੋਈ ਨਾ ਕੋਈ ਦੁੱਖ ਸੁੱਖ ਜਿਹੜਾ ਹੈ ਉਹ ਲੱਗਦਾ ਹੈ। ਤਾਂ ਸਤਿਗੁਰੂ ਜੀ ਪਾਸੋਂ ਕੀ ਮੰਗਣਾ ਚਾਹੀਦਾ ਹੈ? ਤਾਂ ਮਹਾਰਾਜ ਕਹਿੰਦੇ ਕਿਰਪਾ ਮੰਗਣੀ ਚਾਹੀਦੀ ਹੈ। ਕਿਉਂ? ਵਾਹਿਗੁਰੂ ਕਿਰਪਾ ਦਾ ਘਰ ਹੈ। ਵਾਹਿਗੁਰੂ ਤਰਸ ਕਰਨ ਵਾਲਾ, ਰਹਿਮ ਕਰਨ ਵਾਲਾ ਹੈ। ਵਾਹਿਗੁਰੂ ਕਰੀਬੇ ਕਿਰਪਾ ਕਰਨ ਵਾਲਾ ਹੈ। ਐਸੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਕਹਿੰਦੇ ਨਮਸਤੰਗ ਨਮਸਕਾਰ ਹੈ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਅਨੰਤ ਅੰਤ ਤੋਂ ਰਹਿਤ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹਨੂੰ ਨਮਸਕਾਰ ਹੈ ਜਬਜੀ ਸਾਹਿਬ ਤੇ ਮਹਾਰਾਜ ਕਹਿੰਦੇ ਕਿਸੇ ਗੱਲ ਦਾ ਅੰਤ ਹੀ ਨਹੀਂ ਨਾ ਸਿਫਤ ਦਾ ਅੰਤ ਹੈ ਨਾ ਉਹਦੀਆਂ ਬਖਸ਼ਿਸ਼ਾਂ ਦਾ ਅੰਤ ਹੈ ਅੰਤਨਾ ਸ਼ਿਵਤੀ ਕਹਿਣ ਦਾ ਅੰਤਨਤਨਾ ਕਰਨੇ ਦੇਣ ਦਾ ਅੰਤਨਤਨਾ ਵੇਖਣ ਸੁਣਨ ਦਾ ਅੰਤਨਤਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਵਾਹਿਗੁਰੂ ਜੀ ਦੀ ਕਿਸੇ ਵੀ ਵਸਤੂ ਦਾ ਅੰਤ ਨਹੀਂ ਹੈ ਜਾਂ ਅਨੰਤੇ ਅਨੇਕ ਰੂਪ ਇੱਕ ਸ ਤੇ ਲੱਖ ਲੱਖ ਤੇ ਇੱਕ ਆ ਇੱਕ ਤੋਂ ਉਹਨੇ ਇਹ ਸੈਂਕੜੇ ਲੱਖਾਂ ਕਰੋੜਾਂ ਸਰੂਪ ਬਣਾਏ ਨੇ ਕਰੋੜਾਂ ਤੋਂ ਫਿਰ ਇੱਕ ਹੋ ਜਾਂਦਾ ਹੈ ਤਾਂ ਐਸੇ ਵਾਹਿਗੁਰੂ ਨੂੰ ਜਿਹੜਾ ਅਨੰਤ ਸਰੂਪ ਹੈ ਉਹਨੂੰ ਨਮਸਤੰਗ ਨਮਸਕਾਰ ਹੈ ਨਮਸਤੰਗ ਮਹੰਤੇ ਮਹੰਤ ਕਹਿੰਦੇ ਵੱਡੇ ਨੂੰ ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਸਭ ਤੋਂ ਵੱਡਾ ਹੈ ਵੱਡਾ ਸਾਹਿਬ ਜਿਹਨੂੰ ਗੁਰਬਾਣੀ ਨੇ ਆਖਿਆ ਹੈ ਜਾਂ ਸਤਗੁਰ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਐਸੇ ਵਾਹਿਗੁਰੂ ਜੀ ਨੂੰ ਨਮਸਤੰਗ ਨਮਸਕਾਰ ਹੈ ਮਹੰਤੇ ਦਾ ਇਹ ਕਥ ਬੜਾ ਸੋਹਣਾ ਮਹਾਤਮਾ ਸੰਤ ਲੋਕਾਂ ਨੇ ਕੀਤਾ ਹੈ ਮਾ ਮੈਨੇ ਮਮਤਾ ਹਗਤਾ ਵਿਕਾਰ ਕਾਮ ਕਰੋਧਾਦਕ ਹੰਗਤਾਦਕ ਮਮਤਾਦਕ ਇਹਨਾਂ ਨੂੰ ਹੰਤੇ ਕੱਟਣ ਵਾਲਾ ਸੰਸਾਰ ਦਾ ਮੋਹ ਛਡਾਉਣ ਵਾਲਾ ਹਉਮੈ ਨੂੰ ਮੇਟਣ ਵਾਲਾ ਉਹ ਕੌਣ ਹੈ ਭਗਤ ਵਛਲ ਪੈ ਕਾਟਣ ਹਾਰੇ ਉਹ ਕੌਣ ਹੈ ਵਾਹਿਗੁਰੂ ਐਸੇ ਵਾਹਿਗੁਰੂ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ ਨਮਸਤਸਤ ਰਾਗੇ ਨਮਸਤੰ ਸੋਹਾਗੇ ਤਿੰਨ ਸ਼ਬਦ ਨੇ ਜੀ ਨਮਸ ਤਾ ਅਸਤੂ ਨਮਸ ਨਮਸਕਾਰ ਹੈ ਤਾ ਤਾਂ ਅਸਤ ਹੈ ਕਿਉਂਕਿ ਰਾਗ ਸਰੂਪ ਹੈ ਰਾਗ ਮੈਨੇ ਪ੍ਰੇਮ ਸਰੂਪ ਹੈ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ ਪ੍ਰੇਮ ਸਰੂਪ ਹੈ ਆਨੰਦ ਸਰੂਪ ਹੈ ਰਾਗ ਆ ਜਿਹੜੇ ਰਾਗ ਰਾਗਣੀਆਂ ਨੇ ਇਹ ਵੀ ਵਾਹਿਗੁਰੂ ਜੀ ਦਾ ਹੀ ਸਰੂਪ ਨੇ ਜਿਨ੍ਹਾਂ ਵਿੱਚ ਵਾਹਿਗੁਰੂ ਜੀ ਦੀ ਉਸਤਤ ਕੀਤੀ ਜਾਂਦੀ ਹੈ ਤਾਂ ਰਾਗ ਰੂਪ ਹੈ ਪ੍ਰੇਮ ਰੂਪ ਹੈ ਆਨੰਦ ਰੂਪ ਹੈ ਤਾਂ ਨਮਸ ਨਮਸਕਾਰ ਅਸਤ ਹੈ ਰਾਗ ਰਾਗ ਸਰੂਪ ਹੈ ਰਾਗਣੀਆਂ ਸਰੂਪ ਹੈ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ ਇਸ ਕਰਕੇ ਵਾਹਿਗੁਰੂ ਜੀ ਨੂੰ ਨਮਸਕਾਰ ਹੈ ਨਮਸਤੰ ਸੁਹਾਗੇ ਸੁਹਾਗ ਆਨੰਦ ਜਾਂ ਪੰਜਾਬੀ ਦੇ ਵਿੱਚ ਸੁਹਾਗ ਭਾਗਾ ਵਾਲਾ ਭਾਗਾ ਦੇ ਸਹਿਤ ਆਨੰਦ ਦੇ ਸਹਿਤ ਜਾਂ ਸੁਹਾਗ ਦਾ ਅਰਥ ਪਤੀ ਤਾਂ ਸੁਹਾਗ ਦਾ ਅਰਥ ਕੀ ਹੋਇਆ ਆਨੰਦ ਉਹ ਵਾਹਿਗੁਰੂ ਆਨੰਦ ਸਰੂਪ ਹੈ ਉਹਦੇ ਵਿੱਚ ਕੋਈ ਦੁੱਖ ਨਹੀਂ ਸੁੱਖ ਨਹੀਂ ਕੋਈ ਆਉਣਾ ਜਾਣਾ ਨਹੀਂ ਕੋਈ ਖੁਸ਼ੀ ਗਮੀ ਨਹੀਂ ਤਾਂ ਐਸੇ ਵਾਹਿਗੁਰੂ ਨੂੰ ਜਿਹੜਾ ਆਨੰਦ ਸਰੂਪ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਮਸਤੰਗ ਨਮਸਕਾਰ ਹੈ ਇਹ ਸੁਖਮਣੀ ਸਾਹਿਬ ਚ ਵੀ ਮਹਾਰਾਜ ਨੇ ਲਿਖਿਆ ਵੀ ਵਾਹਿਗੁਰੂ ਕਿਤਾਂ ਦਾ ਹੈ ਕਹਿੰਦੇ ਜਿੱਥੇ ਕੋਈ ਦੁੱਖ ਨਹੀਂ ਆਨੰਦ ਰੂਪ ਮੰਗਲ ਸਦ ਜਾਕੇ ਸਰਬ ਥੋਕ ਸੁਣੀਏ ਘਰ ਤਾਕੇ ਤਾਂ ਐਸੇ ਆਨੰਦ ਸਰੂਪ ਨੂੰ ਮਹਾਰਾਜ ਕਹਿੰਦੇ ਨਮਸਤੰਗ ਨਮਸਕਾਰ ਹੈ ਜਾਂ ਸੁਹਾਗ ਦਾ ਅਰਥ ਪਤੀ ਰੱਖਿਆ ਕਰਨ ਵਾਲਾ ਮਾਲਕ ਤਾਂ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਨ ਵਾਲਾ ਹੈ ਪਤੀ ਹੈ ਮਾਲਕ ਹੈ ਸੋਹ ਹੈ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਨਮਸਤੰਗ ਨਮਸਕਾਰ ਹੈ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਸੋਖੰ ਸਭ ਨੂੰ ਸਕਾਉਣ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਉਹਨੂੰ ਨਮਸਕਾਰ ਹੈ ਸੋਖ ਦਾ ਅਰਥ ਸੁਖ ਵੀ ਕਰਦੇ ਨੇ ਸਭ ਨੂੰ ਸੁਖ ਦੇਣ ਵਾਲਾ ਸਭ ਤੇ ਕਿਰਪਾ ਕਰਨ ਵਾਲਾ ਘਰਾਂ ਦੇ ਵਿੱਚ ਖੁਸ਼ੀ ਆਨੰਦ ਦੇਣ ਵਾਲਾ ਲੱਖ ਖੁਸ਼ੀਆਂ ਆਪਾਤ ਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਤਾਂ ਐਸਾ ਕੋਣ ਹੈ ਵਾਹਿਗੁਰੂ ਪਰਮੇਸ਼ਰ ਉਹਨੂੰ ਨਮਸਕਾਰ ਹੈ ਨਮੋ ਸਰਬ ਪੋਖੰ ਪੋਖਣ ਵਾਲਾ ਪਾਲਣ ਵਾਲਾ ਸਭ ਦੀ ਰੋਜੀ ਰਜ਼ਕ ਦਾ ਧਿਆਨ ਰੱਖਣ ਵਾਲਾ ਹਰੇਕ ਦੇ ਜੰਮਣ ਤੋਂ ਪਹਿਲਾਂ ਉਹਦਾ ਰੋਜੀ ਰਿਜ਼ਕ ਲਿਖਣ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਜੀ ਉਹਨੂੰ ਮਾਰੇ ਕਹਿੰਦੇ ਨਮੋ ਨਮਸਕਾਰ ਹੈ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਸਭ ਨੂੰ ਕਰਤਾ ਕਰਨ ਵਾਲਾ ਬਣਾਉਣ ਵਾਲਾ ਪੈਦਾ ਕਰਨ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਤਾ ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ ਨਮੋ ਸਰਬ ਹਰਤਾ ਤਾਂ ਸਾਰਿਆਂ ਨੂੰ ਹਰਤਾ ਕਹਿੰਦੇ ਨਾਸ਼ ਕਰਨ ਵਾਲਾ ਖਤਮ ਕਰਨ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਉਹਨੂੰ ਨਮੋ ਨਮਸਕਾਰ ਹੈ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਯੋਗ ਜੋਗੇ ਜੋਗੀਆਂ ਦਾ ਵੀ ਜੋਗੀ ਰੂਪ ਕੋ ਕੌਣ ਹੈ ਵਾਹਿਗੁਰੂ ਪਰਮੇਸ਼ਰ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਮਸਕਾਰ ਹੈ ਜਾਂ ਯੋਗ ਜੋਗੇ ਦੋ ਸ਼ਬਦ ਨੇ ਜੋਗ ਦੇ ਗੱਗੇ ਦੇ ਵਿੱਚੋਂ ਜੇ ਆਪਣੇ ਜੱਜ ਗੱਗੇ ਦੇ ਵਿੱਚੋਂ ਐੜਾ ਕਢੀਏ ਤਾਂ ਕੀ ਬਣ ਗਿਆ ਯੋਗ ਅਯੋਗ ਜਿਹੜੇ ਅਯੋਗ ਸਨ ਆ ਸਮਰੱਥ ਸਾਨੋ ਜਿਨ੍ਹਾਂ ਦਾ ਜੀਵਨ ਪਹਿਲਾਂ ਏਡਾ ਸੋਹਣਾ ਨਹੀਂ ਸੀ ਉਹਨਾਂ ਨੂੰ ਵੀ ਜੋਗੇ ਯੋਗ ਬਣਾਉਣ ਵਾਲਾ ਸਮਰੱਥ ਬਣਾਉਣ ਵਾਲਾ ਕਿਰਪਾ ਕਰਨ ਵਾਲਾ ਜਿਵੇਂ ਬਾਣੀ ਦੇ ਵਿੱਚ ਆਉਂਦਾ ਨਾ ਖਲ ਮੂਰਖ ਤੇ ਪੰਡਤ ਕਰਬ ਪੰਡਤ ਤੇ ਮੁਗਧਾਰੀ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਤਾਂ ਮੂਰਖਾਂ ਤੋਂ ਪੰਡਿਤ ਕਰਨ ਵਾਲਾ ਜਿਵੇਂ ਧੰਨ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਮੂਖ ਉਚਰੈ ਸਾਸਤਰਖਟ ਪਿੰਗ ਗਿਰਨ ਚੜ ਜਾਏ ਅੰਧ ਲਖ ਹੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਸ਼ੱਜੂ ਜੀ ਵਰਤੇ ਸਿਰ ਤੇ ਛਟੀ ਰੱਖ ਕੇ ਗੁੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਾਉਣ ਵਾਲੇ ਧੰਨ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਅਯੋਗ ਸੀ ਪਰ ਯੋਗੇ ਕਰ ਦਿੱਤਾ ਸਮਰੱਥ ਕਰ ਦਿੰਦਾ ਲਾਇਕ ਕਰ ਦਿੰਦਾ ਜਿਹੜਾ ਵਾਹਿਗੁਰੂ ਅਯੋਗਾਂ ਨੂੰ ਵੀ ਯੋਗ ਕਰ ਦਿੰਦਾ ਹੈ ਉਹਨੂੰ ਨਮਸਕਾਰ ਹੈ ਉਦਾਹਰਣ ਦੇ ਤੌਰ ਤੇ ਇੱਕ ਬੜੇ ਪ੍ਰਸਿੱਧ ਕਵੀ ਹੋਏ ਨੇ ਕਾਲੀਦਾਸ ਜੀ ਏਡਾ ਵੱਡਾ ਮੂਰਖਾਂ ਵਾਲਾ ਜੀਵਨ ਸੀ ਪਰ ਜਦੋਂ ਪ੍ਰਮਾਤਮਾ ਨੇ ਕਿਰਪਾ ਕੀਤੀ ਵਾਹਿਗੁਰੂ ਨੇ ਕਿਰਪਾ ਕੀਤੀ ਕਿੱਡੇ ਵੱਡੇ ਵਿਦਵਾਨ ਰਾਜੇ ਭੋਜ ਦੀ ਸਭਾ ਵਿੱਚ 1400 ਪੰਡਤ ਵਿਦਵਾਨ ਉਹਨਾਂ ਪੰਡਤਾਂ ਦਾ ਸ਼੍ਰੋਮਣੀ ਕੌਣ ਸੀ ਕਾਲੀਦਾਸ ਜੀ ਪਰ ਜੋ ਉਹਨਾਂ ਦੀ ਘਟਨਾ ਵੇਖਣ ਨੂੰ ਜਾਂ ਸੁਣਨ ਨੂੰ ਜਾਂ ਪੜ੍ਹਨ ਨੂੰ ਮਿਲਦੀ ਹੈ ਜਿਵੇਂ ਧਾਰਮਿਕ ਗ੍ਰੰਥਾਂ 'ਚ ਲਿਖੀ ਹੈ ਉਹ ਜੇ ਸੁਣੋਗੇ ਪੜ੍ਹੋਗੇ ਤੇ ਹੈਰਾਨ ਹੋ ਜਾਓਗੇ ਸਿਰੇ ਦਾ ਮੂਰਖ ਸੀ ਜਿਸ ਦਰਖਤ ਤੇ ਬੈਠਾ ਜਿਸ ਦਰਖਤ ਦੀ ਟਾਣੀ ਤੇ ਬੈਠਾ ਸੀ ਸ਼ਾਖਾ ਤੇ ਬੈਠਾ ਸੀ ਉਹਨੂੰ ਹੀ ਵੱਢੀ ਜਾਂਦਾ ਸੀ ਰਾਜੇ ਭੋਜ ਦਾ ਇੱਕ ਪੰਡਤ ਸੀ ਉਹਦੇ ਘਰ ਇੱਕ ਲੜਕੀ ਜੰਮੀ ਵਿਦਿਆ ਬ੍ਰਾਹਮਣ ਪਰਿਵਾਰ ਸੀ ਵਿਦਿਆ ਬਹੁਤ ਪੜ੍ਹਾਈ ਨਾਮ ਵੀ ਉਹਦਾ ਵਿਦਿਆ ਤੇ ਵਿਦਿਆ ਵੀ ਬੜੀ ਪੜ੍ਹਾਈ ਇੱਕ ਦਿਨ ਬ੍ਰਾਹਮਣ ਗੀਤਾ ਦਾ ਪਾਠ ਕਰਦਾ ਪਿਆ ਸੀ ਤੇ ਉਹ ਲੜਕੀ ਇੰਨਾ ਪੜ ਗਈ ਵੀ ਉਹਨੂੰ ਲੱਗਿਆ ਵੀ ਜਿਹੜਾ ਮੇਰਾ ਪਿਤਾ ਵਾ ਇਹ ਪਾਠ ਗਲਤ ਕਰਦਾ ਪਿਆ ਹੈ ਉਹਨੇ ਕਿੰਤੂ ਕਰ ਦਿੱਤਾ ਇਹ ਗੱਲ ਜਿਹੜੀ ਹੈ ਇਹ ਵਿਦਵਾਨਾਂ ਨੂੰ ਫਿਰ ਬੜੀ ਸਤਾਉਂਦੀ ਹੈ ਦੁਖੀ ਕਰਦੀ ਹੈ ਤਾਂ ਬਜ਼ੁਰਗ ਨੂੰ ਜਿੱਦਾਂ ਲਿਖਿਆ ਧਾਰਮਿਕ ਗ੍ਰੰਥਾਂ ਚ ਕਿ ਬਜ਼ੁਰਗ ਬ੍ਰਾਹਮਣ ਨੂੰ ਬਹੁਤ ਗੁੱਸਾ ਚੜਿਆ ਕ੍ਰੋਧ ਚੜਿਆ ਵੀ ਮੇਰੇ ਤੋਂ ਪੜ ਕੇ ਮੇਰੀ ਲੜਕੀ ਹੋ ਕੇ ਮੇਰੇ ਤੇ ਕਿੰਤੂ ਪਰੰਤੂ ਤਾਂ ਉਹਨੇ ਆਖਿਆ ਵੀ ਮੈਂ ਤੈਨੂੰ ਇਹੋ ਜੇ ਨਾਲ ਵਿਆਹਾਂਗਾ ਵੀ ਤੇਰੀ ਜਿਹੜੀ ਸਾਰੀ ਵਿਦਿਆ ਪੜੀ ਆ ਨਾ ਕਿਸੇ ਕੰਮ ਨਾ ਆਉਗੀ ਪਛਤਾਇਆ ਕਰੇਗੀ ਰੋਇਆ ਕਰੇਗੀ ਤਾਂ ਉਹ ਤੁਰਨ ਲੱਪਣ ਵਾਸਤੇ ਤੁਰ ਪਿਆ ਵੀ ਕੋਈ ਇਹੋ ਜਿਹਾ ਮੂਰਖ ਬ੍ਰਾਹਮਣ ਲੱਭੇ ਜਿਹੜਾ ਸਿਰੇ ਦਾ ਮੋٹے ਦਿਮਾਗ ਵਾਲਾ ਹੋਵੇ ਕਈਏ ਕੋਸ਼ ਤੇ ਕਰੇ ਕੋਝ ਤੁਰਿਆ ਜਾਂਦਾ ਸੀ ਤੇ ਕਾਲੀਦਾਸ ਮਹਾਰਾਜ ਬਚਪਨ ਦੇ ਵਿੱਚ ਦਰਖਤ ਤੇ ਚੜ੍ਹੇ ਟਾਣੀ ਤੇ ਬੈਠੇ ਸ਼ਾਖਾ ਤੇ ਤੇ ਜਿੱਤੇ ਬੈਠੇ ਉਹਨੂੰ ਹੀ ਵਡਣਦੇ ਦੂ ਦੂ ਪੰਡਰ ਕਹਿੰਦਾ ਕਾਕਾ ਡਿੱਗ ਪੇਗਾ ਕਹਿੰਦਾ ਤੁਰਿਆ ਜਾ ਤੈਨੂੰ ਕੀ ਮੈਂ ਡਿੱਗਾ ਨਾ ਡਿੱਗਾ ਤੈਨੂੰ ਕੀ ਉਹ ਪੰਡਤ ਜੀ ਨੇ ਸਮਝਾਉਣ ਦਾ ਯਤਨ ਕੀਤਾ ਵੀ ਕਾਕਾ ਛੱਟ ਲੱਗ ਜੂਗੀ ਕਹਿੰਦਾ ਮੈਂ ਤੈਨੂੰ ਦੱਸਾਂ ਵੀ ਜਾਂਦਾ ਕਿ ਨਹੀਂ ਚੁੱਪ ਕਰਕੇ ਨਹੀਂ ਤੇ ਪਹਿਲਾਂ ਥੱਲੇ ਉਤਰ ਕੇ ਤੇਰਾ ਬਿਠਾੜਾ ਪੰਨਾ ਮੈਂ ਬਹੁਤੀਆਂ ਮਤਾਂ ਦਿਨਾ ਮੈਨੂੰ ਤੂੰ ਉਹ ਗੱਲ ਹੋਈ ਵੱਢੀ ਗਏ ਵੱਢੀ ਗਏ ਪੰਡਤ ਕਹਿੰਦਾ ਮੈਂ ਕਿਉਂ ਆਪਦਾ ਮੂੰਹ ਪਣਾਉਣਾ ਵਾ ਜਦੋਂ ਭੁੰਜੇ ਵਜਾ ਛੱਟ ਵਜੀ ਛਟਾਂ ਲੱਗੀਆਂ ਤੇ ਪੰਡਤ ਜੀ ਬੜੇ ਖੁਸ਼ ਹੋਏ ਕਹਿੰਦੇ ਵੀ ਆ ਜਿਹੜਾ ਮੁੰਡਾ ਨਾ ਇਹਦੇ ਨਾਲ ਵਿਦਿਆ ਵਿਆਹਣੀ ਆ ਤੁਲਸੀਦਾਸ ਜੀ ਕਹਿੰਦੇ ਨੇ ਵੀ ਸੰਤ ਵੀ ਰਵਾਉਂਦੇ ਨੇ ਤੇ ਮੂਰਖ ਵੀ ਰਵਾਉਂਦੇ ਆ ਵਾ ਫਰਕ ਇਹ ਆ ਵੀ ਸੰਤ ਮਰਨ ਤੋਂ ਬਾਅਦ ਰਵਾਉਂਦੇ ਆ ਜਿਹੜੇ ਮੂਰਖ ਆ ਜਿਉਂਦੇ ਜੀ ਰਵਾਉਂਦੇ ਤੁਹਾਨੂੰ ساری ਉਮਰ ਰਵਾਉਂਦੇ ਇਸ ਕਰਕੇ ਤੁਲਸੀਦਾਸ ਕਹਿੰਦਾ ਸੰਤਾਂ ਤੋਂ ਪਹਿਲਾਂ ਮੂਰਖਾਂ ਨੂੰ ਮੱਥਾ ਟੇਕੋ ਜਿਹੜੇ ਤੁਹਾਨੂੰ ਗ੍ਰੰਥ ਲਿਖ ਦੇਣ ਲਿਖ ਲੈਣ ਦੇਣ ਨਹੀਂ ਤੇ ਇਹਨਾਂ ਗ੍ਰੰਥਮਰੀ ਤੁਹਾਨੂੰ ਪੂਰਾ ਨਹੀਂ ਕਰਨ ਦੇਣਾ ਉਹਨਾਂ ਨੇ ਪੁੱਛਿਆ ਕਾਕਾ ਕਿੰਨਾ ਚੋਂ ਆ ਕਹਿੰਦਾ ਬ੍ਰਾਹਮਣਾ ਚੋਂ ਆ ਪੰਡਤ ਜੀ ਨੂੰ ਚਾ ਚੜ ਗਿਆ ਕਹਿੰਦੇ ਇਹ ਠੀਕ ਹੈ ਮਹਾ ਮੂਰਖਾ ਇਹਨੂੰ ਵਿਦਿਆ ਨਾਲ ਵਿਆਹਣਾ ਚਲੋ ਵਿਆਹ ਹੋ ਗਿਆ ਘਰ ਚ ਗਰੀਬੀ ਬੜੀ ਸੀ ਉਥੇ ਜਿੱਥੇ ਵਿਆਹ ਹੋਇਆ ਉਥੇ ਰਹਿਣ ਲੱਗ ਪਏ ਕਾਲੀਦਾਸ ਜੀ ਮਹਾਰਾਜ ਇੱਕ ਦਿਨ ਆਪਣੇ ਸਹੁਰੇ ਦੇ ਨਾਲ ਰਾਜੇ ਭੋਜ ਦੀ ਸਭਾ 'ਚ ਚਲੇ ਗਏ ਉਥੇ ਕਿਸੇ ਨੇ ਰਾਗ ਸੁਣਾਇਆ ਤੇ ਕਾਲੀਦਾਸ ਨੂੰ ਸਮਝ ਤੇ ਨਾ ਆਈ ਤੇ ਧੁਨਾ ਬੜੀਆਂ ਟਿਉਨਾ ਬੜੀਆਂ ਸੋਹਣੀਆਂ ਲੱਗੀਆਂ ਇਹ ਬੜਾ ਮਸਤ ਹੋ ਕੇ ਸਿਰ ਮਾਰੇ ਰਾਜੇ ਭੋਜ ਦਾ ਰਾਦਾ ਵੀ ਪੰਡਤ ਦਾ ਜਵਾਈ ਆ ਬਹੁਤ ਵੱਡਾ ਵਿਦਵਾਨ ਹੋਣਾ ਜਿਹੜਾ ਐਨਾ ਮਸਤੀ ਚ ਸਿਰ ਲਾਉਂਦਾ ਹੈ ਤੇ ਰਾਜੇ ਨੇ ਖੁਸ਼ ਹੋ ਕੇ 200 سونے ਦੀਆਂ ਮੋਹਰਾਂ ਦਿੱਤੀਆਂ ਜਾ ਕੇ ਆਪਦੀ ਘਰ ਵਾਲੀ ਜਿਹੜੀ ਬਹੁਤ ਵੱਡੀ ਵਿਦਵਾਨ ਸੀ ਵਿਦਿਆਰ ਨੂੰ ਕਹਿੰਦੇ ਤੂੰ ਮੈਨੂੰ ਸਭਾ ਚ ਨਹੀਂ ਜਾਣ ਦਿੰਦੀ ਰਾਜੇ ਨੇ 200 سونے ਦੀਆਂ ਮੋਹਰਾਂ ਦਿੱਤੀਆਂ ਲੜਕੀ ਨੂੰ ਇਹ ਡਰ ਸੀ ਵੀ ਜਦੋਂ ਇਹ ਮੂਰਖ ਬੋਲ ਪਿਆ ਉਦੋਂ ਸਭ ਨੂੰ ਪਤਾ ਲੱਗ ਜਾਣਾ ਵੀ ਰਾਜੇ ਦਾ ਜਵਾਈ ਕਿਦਾਂ ਦਾ ਹੈ ਉਹ ਕਹਿੰਦੀ ਤੂੰ ਰਾਜੇ ਦੀ ਸਭਾ ਇਹਨਾਂ ਜਾਇਆ ਕਰ ਉੱਥੇ 1400 ਵਿਦਵਾਨ ਰਹਿੰਦਾ ਹੈ ਰਾਜੇ ਭੋਜ ਦੀ ਸਭਾ ਚ ਪਰ ਕਾਲੀਦਾਸ ਜੀ ਘਾਟ ਹੀ ਕਿਸੇ ਨੂੰ ਮੰਨਣ ਵਾਲੇ ਸੀ ਇਹਨਾਂ ਤੇ ਲਤਪਾਂ ਵੀ ਪਣਾ ਲਈ ਸੀ ਜਿਹੜੀ ਟਾਣੀ ਤੇ ਬੈਠੇ ਸੀ ਉਹਨੂੰ ਵੱਡ ਵੱਡ ਕੇ ਭਾਵੇਂ ਕਿ ਪੰਡਤ ਨੇ ਬੜਾ ਰੋਕਿਆ ਸੀ ਤਾਂ ਜਿਹੜੇ ਕੰਮ ਤੋਂ ਰੋਗਦੇ ਉਹੋ ਹੀ ਕਰਦੇ ਸੀ ਕਹਿੰਦੇ ਸਭਾ 'ਚ ਨਹੀਂ ਜਾਣਾ ਕਹਿੰਦਾ ਮੈਂ ਤਾਂ ਰੋਜ਼ ਜਾਊਂਗਾ ਚਲੋ ਵਿਦਿਆ ਨੇ ਆਖਿਆ ਘਰ ਵਾਲੀ ਨੇ ਆਖਿਆ ਵੀ ਜੇ ਰਾਜੇ ਨੇ ਪੁੱਛ ਲਿਆ ਵੀ ਸਿਰ ਤੇ ਬੜਾ ਹਲਾਉਣਾ ਵਾ ਰਾਗ ਕਿਹੜਾ ਵਾ ਤੇ ਕੀ ਜਵਾਬ ਦੇਵੇਂਗਾ ਕਹਿੰਦਾ ਇਹ ਤੇ ਮੈਨੂੰ ਵੀ ਨਹੀਂ ਪਤਾ ਕਹਿੰਦੀ ਇਹ ਟਾਈਮ ਫਿਰ ਤਨਾਸਰੀ ਰਾਗ ਦਾ ਹੁੰਦਾ ਕਿਉਂ ਪੜੀ ਬੜੀ ਸੀ ਤੂੰ ਰਾਜੇ ਨੂੰ ਕਹੀਂ ਤਨਾਸਰੀ ਫਿਰ ਵਿਦਿਆ ਵਿਚਾਰੀ ਸੋਚਣ ਲੱਗੀ ਵੀ ਇਹਨੂੰ ਤਨਾਸਰੀ ਚੇਤੇ ਰਊਗਾ ਸਵੇਰ ਤੱਕ ਤਾਂ ਉਹਨੇ ਕੀ ਕੀਤਾ ਵੀ ਵਾਸ ਦੇ ਨਾਲ ਹਾਂਡੀ ਬੰਨਤੀ ਹਾਂਡੀ ਦੇ ਵਿੱਚ ਧਾਨ ਪਾਤਾ ਤੇ ਕਹਿੰਦੇ ਜਦੋਂ ਚੇਤਾ ਭੁੱਲਣ ਲੱਗੇ ਤੇ ਹਾਂਡੀ ਜਿਹੜੀ ਵਾਸਨਾ ਬੰਨੀ ਇਹਨੂੰ ਲੈ ਜੀ ਨਾਲ ਤੇ ਧਾਨ ਨੂੰ ਚੇਤੇ ਕਰਕੇ ਤੈਨੂੰ ਚੇਤੇ ਆਊਗਾ ਤਨਾਸਰੀ ਉਹ ਗੱਲ ਹੋਈ ਅਗਲੇ ਦਿਨ ਫਿਰ ਰਾਜੇ ਦੀ ਸਭਾ 'ਚ ਗਿਆ ਰਾਜੇ ਨੇ ਪੁੱਛਿਆ ਵੀ ਮਹਾਰਾਜ ਬੜੇ ਵਿਦਵਾਨ ਜਾ ਆਪਦੇ ਹੋ ਰਾਗਾ ਦੇ ਬੜੇ ਤੁਸੀਂ ਜਾਣਕਾਰ ਜਾਪਦੇ ਹੋ ਇਹ ਰਾਗ ਕਿਹੜਾ ਚੱਲਦਾ ਪਿਆ ਹੈ ਤੇ ਤਨਾਸ਼ਰੀ ਦਾ ਤੇ ਚੇਤਾ ਭੁੱਲ ਗਿਆ ਤੇ ਜਿਹੜੀ ਵਾਂਸ ਦੇ ਨਾਲ ਹਾਂਡੀ ਬੰਨੀ ਸੀ ਹਾਂਡੀ ਦੇ ਵਿੱਚ ਧਾਨ ਸੀ ਉਹਦੇ ਚੇਤੇ ਨ ਆਇਆ ਹਾਂਡੀ ਆ ਗਈ ਚੇਤੇ ਤੇ ਕਹਿਣ ਲੱਗੇ ਵੀ ਹਾਂਡੀਆ ਰਾਗ ਚੱਲਦਾ ਸੀ ਰਾਜਾ ਭੋਜ ਵੀ ਚੁੱਪ ਜੇ ਕਰ ਗਿਆ ਵੀ ਰਾਗਾਆਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਕਈ ਰਾਗਣੀਆਂ ਹੁੰਦੀਆਂ ਕੀ ਪਤਾ ਮੈਂ ਪੜ੍ਹੀ ਸੁਣੀ ਨਾ ਹੋਵੇ ਜਿਹੜਾ ਹਾਂਡੀਆ ਰਾਗ ਇਹ ਦੱਸਦਾ ਪਿਆ ਤਾਂ ਜਦੋਂ ਘਰੇ ਗਏ ਤੇ ਵਿਦਿਆ ਨੇ ਪੁੱਛਿਆ ਫਿਰ ਰਾਜੇ ਨੇ ਕੋ ਪੁੱਛਿਆ ਕਹਿੰਦਾ ਪੁੱਛਿਆ ਸੀ ਰਾਗ ਕਿਹੜਾ ਚੱਲਦਾ ਫਿਰ ਤੁਸੀਂ ਕੀ ਕਿਹਾ ਕਹਿੰਦਾ ਮੈਂ ਆਖਿਆ ਹਾਂ ਡਾ ਰਾਗ ਚੱਲਦਾ ਤੂੰ ਹੀ ਤੇ ਹਾਂਡੀ ਚ ਧਾਨ ਪਾ ਕੇ ਦਿੱਤਾ ਸੀ ਵਿਦਿਆ ਕਹਿੰਦੀ ਇਹੋ ਜੀ ਜ਼ਿੰਦਗੀ ਕੱਟਣ ਨਾਲ ਬਿਹਤਰਾ ਮਰਨਾ ਇਹ ਬਾਰੀ ਚ ਬੈਠਾ ਸੀ ਤਾਕੀ ਚ ਬੈਠਾ ਸੀ ਵਿਦਿਆ ਦਾ ਇਰਾਦਾ ਵੀ ਇਹਨੂੰ ਗਲੋਂ ਲਾਵਾ ਉਨੇ ਧੱਕਾ ਮਾਰਿਆ ਵੀ ਇਹ ਬਾਰੀ ਚ ਉਹ ਬਾਹਰ ਡਿੱਗੇ ਤੇ ਥੱਲੇ ਡਿੱਗੇ ਦੀ ਉੱਚੇ ਪਹਾੜ ਤੇ ਘਰ ਹੋਵੇਗਾ ਉੱਚੀ ਥਾਂ ਤੇ ਘਰ ਹੋਵੇਗਾ ਜਾਂ ਚੁਬਾਰੇ ਚ ਰਹਿੰਦੇ ਹੋਣਗੇ ਵੀ ਉਥੋਂ ਡਿੱਗੇ ਤੇ ਦੀ ਧੌਣ ਦਾ ਮਣਕਾ ਟੁੱਟੇ ਤੇ ਮਰੇ ਗਲੋਂ ਲਵੇ ਪਰ ਕਾਲੀਦਾਸ ਦੀ ਕਿਸਮਤ ਚੰਗੀ ਕਹਿੰਦੇ ਜਿਵੇਂ ਲਿਖਿਆ ਗ੍ਰੰਥਾਂ ਦੇ ਵਿੱਚ ਕਿ ਉਹ ਜਦੋਂ ਡਿੱਗੇ ਜੀਵ ਦਦਾਂ ਦੰਦਾ ਥੱਲੇ ਆ ਕੇ ਵੱਢੀ ਗਈ ਲਹੂ ਨਿਕਲ ਕੇ ਉੱਥੇ ਕੋਈ ਮੰਦਿਰ ਸੀ ਮਾਤਾ ਦੀ ਮੂਰਤੀ ਤੇ ਪੈ ਗਿਆ ਜਿਵੇਂ ਲਿਖਿਆ ਹੈ ਹੋ ਸਕਦਾ ਇਹ ਚ ਵੱਧ ਘੱਟ ਹੋਵੇ ਸਾਖੀ ਚ ਕਈ ਗੱਲਾਂ ਪ੍ਰਾਣੀਆਂ ਨੇ ਕੀ ਪਤਾ ਕੀ ਸੀ ਅਸਲੀਅਤ ਤੇ ਉਹ ਲਹੂ ਜਿਹੜਾ ਸੀ ਦੇਵੀ ਦੀ ਮੂਰਤੀ ਤੇ ਪੈ ਗਿਆ ਸਰਸਪਤੀ ਦਾ ਮੰਦਿਰ ਸੀ ਤੇ ਉਹ ਪ੍ਰਗਟ ਹੋ ਗਈ ਵੀ ਪੁੱਤਰ ਮੇਰੀ ਖਾਤਰ ਜੀਵ ਦੀ ਬਲੀ ਦਿੱਤੀ ਹੈ ਗੱਲ ਤੇ ਪਿਛਲੇ ਕਰਮਾਂ ਦੀ ਹੁੰਦੀ ਹੈ ਤੇ ਕਹਿੰਦੇ ਵਰ ਮੰਗ ਇਨੂੰ ਹੋਰ ਕੋਤੇ ਚੇਤਾ ਨਾ ਰਿਹਾ ਵੀ ਕੀ ਮੰਗਣਾ ਵਾ ਇਨਾਂ ਚੇਤਾ ਰਹਿ ਗਿਆ ਵੀ ਘਰ ਵਾਲੀ ਨੇ ਧੱਕਾ ਦਿੱਤਾ ਵਿਦਿਆ ਨੇ ਤਾਂ ਮੂੰਹੋਂ ਇੱਕ ਬਚਨ ਨਿਕਲਿਆ ਸੀ ਇਹਦੇ ਵਿਦਿਆ ਤੇ ਜਿਹੜੇ ਇਹੋ ਜੇ ਦਰਸ਼ਨ ਹੁੰਦੇ ਆ ਉਹ ਸਿਆਣੇ ਮਹਾਪੁਰਸ਼ ਕਹਿੰਦੇ ਵੀ ਸਿਕੈਂਟਾਂ ਦੀ ਖੇਡ ਹੁੰਦੀ ਆ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਵੀ ਜਿੱਦਾਂ ਦੀਆਂ ਅੱਜਕੱਲ ਬਣਾ ਕੇ ਸੁਣਾਈਆਂ ਜਾਂਦੀਆਂ ਨੇ ਵੀ ਉਹ ਆ ਗਏ ਉਹ ਬਹਿ ਗਏ ਉਹ ਗੱਲਾਂ ਕਰਨ ਲੱਗ ਪਏ ਜਿੱਦਾਂ ਡਰੈਗ ਰੂਮ ਵਿੱਚ ਰੱਬ ਦੇ ਨਾਲ ਬੈਠਾ ਹੁੰਦਾ ਏ ਇਦਾਂ ਦੀਆਂ ਸਾਖੀਆਂ ਜਿਹੜੀਆਂ ਅੱਜਕੱਲ ਚੱਲਦੀਆਂ ਇਦਾਂ ਦੀਆਂ ਨਹੀਂ ਉਹ ਮੰਦੇ ਉਹ ਕਹਿੰਦੇ ਸਕੈਂਟਾਂ ਦੀ ਖੇਡ ਹੁੰਦੀ ਇਹਦੇ ਮੂਹੋਂ ਨਿਕਲਿਆ ਵਿਦਿਆ ਤਾਂ ਉਹਨੇ ਵਾਰ ਦਿੱਤਾ ਵੀ ਤੇਰੀ ਜ਼ੁਬਾਨ ਤੇ ਮੇਰਾ ਨਿਵਾਸ ਹੋਊਗਾ ਵੀ ਤੂੰ ਮੇਰੇ ਤੋਂ ਵਿਦਿਆ ਮੰਗੀ ਫਿਰ ਇਹ 1400 ਪੰਡਤ ਦਾ ਸ਼੍ਰੋਮਣੀ ਪੰਡਤ ਬਣਿਆ ਕੋਈ ਰੱਬ ਨੇ ਤੇ ਕਿਰਪਾ ਕੀਤੀ ਤਾਂ ਦਸਵੇਂ ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਜੇ ਤੂੰ ਕਿਰਪਾ ਕਰਨ ਤੇ ਆਜੇ ਤਾਂ ਜਿਹੜੇ ਅਯੋਗ ਨੇ ਉਹਨਾਂ ਨੂੰ ਵੀ ਯੋਗੇ ਕਰ ਦਿੰਦਾ ਹੈ ਲਾਇਕ ਕਰ ਦਿੰਦਾ ਹੈ ਖਲ ਮੂਰਖ ਤੇ ਪੰਡਤ ਕਰ ਬੋ ਜੇ ਤੇਰੀ ਮਰਜ਼ੀ ਹੋ ਜੇ ਤੇ ਜੇ ਤੇਰੀ ਦ੍ਰਿਸ਼ਟੀ ਉਲਟ ਹੋ ਜੇ ਤੇ ਪੰਡਤ ਤੇ ਮੁਗਧਾਰੀ ਇਦਾਂ ਵੀ ਕਰ ਦਿੰਦਾ ਹੈ ਐਸੇ ਵਾਹਿਗੁਰੂ ਨੂੰ ਜਿਹੜਾ ਅਯੋਗ ਨੂੰ ਯੋਗ ਕਰਨ ਵਾਲਾ ਉਹਨੂੰ ਨਮੋ ਨਮਸਕਾਰ ਹੈ ਨਮੋ ਭੋਗ ਭੋਗੇ ਭੋਗੀਆਂ ਦੇ ਵਿੱਚੋਂ ਭੋਗ ਸਰੂਪ ਕੋਈ ਵਾਹਿਗੁਰੂ ਪਰਮੇਸ਼ਰ ਹੀ ਮੰਨਿਆ ਜਾ ਸਕਦਾ ਹੈ ਤਾਂ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਨਮਸਕਾਰ ਹੈ ਆਪੇ ਰਸੀਆ ਆਪ ਰਸ ਆਪੇ 라ਵੜ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਤਾਂ ਸਭ ਤੋਂ ਵੱਡਾ ਭੋਗੀ ਰਸੀਆ ਵੀ ਉਹ ਪਰਮੇਸ਼ਰ ਆਪ ਹੀ ਹੈ ਰਸ ਰੂਪ ਵੀ ਉਹ ਆਪ ਹੀ ਹੈ ਨਮੋ ਸਰਬ ਦੇ ਆਲੇ ਸਾਰਿਆਂ ਤੇ ਦਇਆ ਕਰਨ ਵਾਲਾ ਤਰਸ ਕਰਨ ਵਾਲਾ ਬੇਰ ਕਰਨ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਐਸੇ ਵਾਹਿਗੁਰੂ ਪਰਮੇਸ਼ਰ ਨੂੰ ਨਮੋ ਨਮਸਕਾਰ ਹੈ ਨਮੋ ਸਰਬ ਪਾਲੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਰੋਜੀ ਰਿਜ਼ਕ ਦੇਣ ਵਾਲਾ ਉਹ ਕੌਣ ਹੈ ਵਾਹਿਗੁਰੂ ਪਰਮੇਸ਼ਰ ਜੀ ਹਨ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮੋ ਨਮਸਕਾਰ ਹੈ ਤਾਂ ਇਹ ਭਜੰਗ ਪ੍ਰਯਾਤ ਛੰਦ ਦੀਆਂ 28 ਪੌੜੀਆਂ ਇੱਥੇ ਪੂਰੀਆਂ ਹੁੰਦੀਆਂ ਨੇ ਇਹਨੂੰ ਨਮਸਕਾਰ ਰੂਪ ਅਸਤੋਤਰ ਵੀ ਕਹਿੰਦੇ ਨੇ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਲੈ ਕੇ ਨਮਸਕਾਰਾਂ ਕੀਤੀਆਂ ਗਈਆਂ ਨੇ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ ਇਸ ਤੋਂ ਅੱਗੇ ਫਿਰ ਚਾਚਰੀ ਸ਼ਾਂਦੀ ਅਰੰਭਤਾ ਹੁੰਦੀ ਹੈ ਆਪ ਸੰਗਤ ਨੇ ਕਿਰਪਾ ਕਰਦੀ ਹਾਜ਼ਰੀ ਪਰਵਾਨ ਸਤਿਗੁਰੂ ਕਿਰਪਾ ਕਰਨ ਤਰਸ ਕਰਨ ਮਿਹਰ ਕਰਨ ਲੇਖ ਕਿਤੇ ਨਾ ਛੂਟੀ ਹੈ ਖਿੰਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ ਲੈ ਨਾਨਕ ਪਾਰ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦੇ ਆਲੇ ਨਮੋ ਸਰਬ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ